ਇੰਟਰੋਡਕਸ਼ਨ ਕੀਤੀ ਦੇਣੀ ਆ ਮਤਲਬ ਕੀ ਕਾਦੇ ਤੇ ਆ ਵੀਡੀਓ ਚ ਇਹਨੋ ਅੱਛਾ ਵੀਡੀਓ ਸਟੋਰੀ ਪਾਈ ਸੀ ਵੀ ਇੱਕ ਬਹੁਤ ਬੇਇੱਜ਼ਤੀ ਕਰਦੀ ਆ ਸਵਾਦ ਆ ਸਵਾਦ ਭਾਈ ਉਹ ਇੰਸਟਾਗ੍ਰਾਮ ਪਾ ਜਿਹੜੇ ਅੱਜ ਆਪਾਂ ਨੇ ਪੁੱਛਿਆ ਤਾਂ ਵੀ ਜਿਹੜੇ ਆਪਣੇ ਬਾਈ ਆ ਕੁਛ ਬਾਈ ਜਿਹਨਾਂ ਦੇ ਮਨ 'ਚ ਕੋਈ ਸਵਾਲ ਹੈ ਕੋਈ ਦੁੱਖ ਤਕਲੀਫ ਦਰਦ ਕੋਈ ਜਿਹਦੇ ਕੋਲ ਵੀ ਸਾਨੂੰ ਪੁੱਛਣ ਵਾਸਤੇ ਕੋਈ ਸਵਾਲ ਹੈਗਾ ਉਹ ਭੇਜ ਸਕਦੇ ਤਾਂ ਬਹੁਤ ਸਾਰੇ ਰਿਸਪੋਂਸ ਆਏ ਨੇ ਬਾਈ ਇੱਕ ਵੀਡੀਓ ਪੰਜਾਬ ਦੀਆਂ ਬੱਸਾਂ ਤੇ ਖੁੱਲੇ ਮਿਲਣੇ ਪ੍ਰਾਈਵੇਟ ਵਾਲੇ ਰੂਟ ਬੰਦ ਨੇ ਪਹਿਲਾਂ ਸਰਕਾਰੀ ਬੱਸਾਂ ਖਾਲੀ ਜਾਂਦੀਆਂ ਸੀ ਹੁਣ ਪ੍ਰਾਈਵੇਟ ਬੱਸਾਂ ਖਾਲੀ ਜਾਂਦੀਆਂ ਨੇ ਸਰਕਾਰੀ ਤਾਂ ਹੁਣ ਅੱਧੇ ਜਨਾਨੀਆਂ ਨੂੰ ਦੇਖ ਕੇ ਤਾਂ ਰੋਕਦੇ ਹੀ ਨਹੀਂ ਵੀ ਯਾਰ ਇਹਨਾਂ ਨੇ ਟਿਕਟ ਤਾਂ ਕਟਾਉਣੀ ਨਹੀਂ ਛੱਡ ਪਰ ਸਰਕਾਰੀ ਨੂੰ ਕਿਹੜਾ ਕਮਿਸ਼ਨ ਮਿਲਦੀ ਉਹ ਚੋ ਕਿਉਂ ਨਹੀਂ ਰੋਕਦੇ ਉਹ ਯਾਰ ਫਾਲਤੂ ਭਰ ਜਾਂਦੀ ਹੈ ਜਿਹੜੀ ਬੀਬੀ ਚੜ ਗਈ ਉਹਨੂੰ ਥੋੜ੍ਹੀ ਉਤਾਰ ਸਕਦਾ ਫਿਰ ਹਰੇਕ ਹੀ ਚੜੀ ਜਾਂਦਾ ਰੋਡਵੇਜ ਵਾਲੀ ਆ ਗਈ ਵੀ ਚੜ ਜਾਓ ਹੁਣ ਦੂਸਰੀ ਚ ਤਾਂ ਪੈਸੇ ਲੱਗਣਗੇ ਫ੍ਰੀ ਚ ਤਾਂ ਵਗ ਜਾਂਦੇ ਕਿਤੇ ਫ੍ਰੀ ਆ ਉਧਰੋਂ ਵੀ ਮੁੜਿਆ ਮੈਂ ਫ੍ਰੀ ਚ ਕੋਈ ਫਨੀ ਇੰਸੀਡੈਂਟ ਨਹੀਂ ਹੈਗਾ ਥਾਰਾ ਬੱਸ ਮਾ ਓਏ ਫਨੀ ਫਨੀ ਤਾਂ ਨਹੀਂ ਚੱਲ ਉਹਨੂੰ ਆਪਾਂ ਕਹਿ ਸਕਦੇ ਮੈਂ ਨਾ ਬੱਸ ਚਲਾਉਣ ਚਲੇ ਗਿਆ ਦੀਦੀ ਨੂੰ ਦੀਦੀ ਨੇ ਘਰੇ ਜਾਣਾ ਸੀ ਮੈਂ ਬੱਸ ਚਲਾਉਣ ਗਿਆ ਤੇ ਇੱਕ ਬਹੁਤ ਭਰੀ ਹੋਈ ਬੱਸ ਆਈ ਤੇ ਇੱਕ ਮਤਲਬ ਉਹ ਤੀਵੀਂ ਦੀ ਕੁੜੀ ਸੀ ਇੱਕ ਆਪ ਸੀ ਉਹ ਹੁਣ ਜਦੋਂ ਬੱਸ ਖੜੀ ਸੀ ਉਦੋਂ ਕੁੜੀ ਤਾਂ ਚੜ ਗਈ ਪਰ ਉਹ ਬਹੁਤ ਹੀ ਜ਼ਿਆਦਾ ਭਰੀ ਹੋਈ ਸੀ ਬੱਸ ਤਾਂ ਜਦੋਂ ਤੀਵੀਂ ਚੜ੍ਹ ਲੱਗੀ ਉਹਦਾ ਨਾ ਜਿਹੜਾ ਸਾਈਡ ਵਾਲਾ ਕੁੰਡਾ ਹੁੰਦਾ ਉਹਨੂੰ ਥੋੜ੍ਹਾ ਜਿਹਾ ਹੱਥ ਪੈ ਗਿਆ ਪਰ ਉਹ ਬਾਹਰ ਹੀ ਲਟਕ ਰਹੀ ਸੀ ਜਦੋਂ ਰੋਡਵੇਜ ਵਾਲੇ ਨੇ ਇੱਥੇ ਲਿਜਾ ਕੇ ਪਾਇਆ ਗੇਅਰ ਆਏ ਮਾਰਿਆ ਝਟਕਾ ਤੀਵੀਂ ਬਾਈ ਥੱਲੇ ਡਿੱਗ ਗਈ ਉਹਦਾ ਸੜਕ ਤੇ ਇੱਥੋਂ ਆਹ ਸਿਰ ਪਾੜ ਗਿਆ ਫਿਰ ਹੌਲੀ ਹੌਲੀ ਕਰਕੇ ਉਹਦੀ ਕੁੜੀ ਨੂੰ ਉਤਾਰਿਆ ਫਿਰ ਉਹਨੂੰ ਚੱਕ ਕੇ ਲੈ ਕੇ ਗਏ ਹਸਪਤਾਲ ਫਿਰ ਉਹਨੂੰ ਦੱਸਿਆ ਬੀਬੀ ਜਦੋਂ ਤੈਨੂੰ ਪਤਾ ਲੱਗ ਗਿਆ ਬੱਸ ਭਰੀ ਹੋਈ ਸੀ ਵੀ ਤੂੰ ਕਿਉਂ ਤਾਕੀ 'ਚ ਲਟਕੀ ਉਹ ਕਹਿੰਦੀ ਮੇਰੀ ਕੁੜੀ ਚੜ ਗਈ ਸੀ ਫਿਰ ਉਹਨੂੰ ਫਿਰ ਉਹ ਤਾਂ ਮੈਥੋਂ ਅਲੱਗ ਹੋ ਜਾਂਦੀ ਮੈਂ ਤਾਂ ਚੜ ਗਈ ਵੀ ਪਹਿਲਾਂ ਕੁੜੀ ਨੂੰ ਤਾਂ ਤੂੰ ਹੀ ਚੜਾਇਆ ਚੱਕ ਕੇ ਤੈਨੂੰ ਪਤਾ ਸੀ ਬੱਸ ਜ਼ਿਆਦਾ ਭਰੀ ਹੋਈ ਤੂੰ ਤਾਂ ਇਹ ਐਂ ਕਰਕੇ ਵੀ ਫ੍ਰੀ ਦੇ ਚੱਕਰ 'ਚ ਅਗਲੀ ਆ ਜੂਗੀ ਪੈਸੇ 15 ਰੁਪਏ ਲਾ ਕੇ ਚੱਲ ਜਾਇਓ 100 ਰੁਪਏ ਲਾ ਕੇ ਚੱਲ ਜਾਇਓ ਪਰ ਆਪਣੀ ਜਾਨ ਤਾਂ ਨਾ ਜੋਖਿਮ 'ਚ ਪਾਇਆ ਕਰੋ ਬਾਈ ਜਦੋਂ ਅਸੀਂ ਬੱਸਾਂ 'ਚ ਮੈਂ ਤਾਂ ਹੁਣ ਮਤਲਬ 10-12 ਸਾਲ ਮੈਂ ਤਾਂ ਬੱਸੀ ਚੜਿਆ ਕਦੇ ਪਰ ਉਦੋਂ ਹੁੰਦਾ ਸੀ ਨਾ ਕਿ ਜਦੋਂ ਅਸੀਂ ਲੌਂਗੋਵਾਲ ਤੋਂ ਸੰਗਰੂਰ ਜਾਂਦੇ ਹੁੰਦੇ ਸੀ ਉਹਦੇ ਨਾਲ ਸਾਰ ਨੂੰ ਮੇਨ ਮਸਲਾ ਹੁੰਦਾ ਸੀ ਵੀ ਸਟੂਡੈਂਟ ਜਿਹੜੇ ਟਿਕਟ ਨਹੀਂ ਦਿੰਦੇ ਹੁੰਦੇ ਸੀ ਠੀਕ ਹੈ ਸ਼ੁਰੂ ਟੈਸਟ ਕਰ ਦਿੰਦੇ ਸੀ ਹਾਂ ਸ਼ੁਰੂ ਸ਼ੁਰੂ 'ਚ ਤਾਂ ਯਾਰ ਦੇਖਾ ਨਾ ਵੀ ਮੇਰੇ ਨਾਲ ਦੇ ਨੇ ਟਿਕਟਾਂ ਨਹੀਂ ਦਿੱਤੀਆਂ ਮਤਲਬ ਇੱਕ ਲੰਡੂ ਜੀ ਕਾਪੀ ਫੜੀ ਹੈ ਗੋਲ ਗੋਲ ਬੱਤੀ ਬਣਾਈ ਹੋਈ ਹੈ ਆ ਖੜ ਕੇ ਖੜੇ ਨੇ ਇਹ ਕਾਪੀ ਬਸ ਕਨੈਕਟਰ ਟਿਕਟ 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 ਸਟੂਡੈਂਟ ਆ ਠੀਕ ਹੈ ਫਿਰ ਉਦੋਂ ਬਾਅਦ ਬਈ ਜਿਹੜੇ ਬੱਸ ਬੁੱਸ ਵਾਲੇ ਸੀ ਉਹ ਵੀ ਅੱਕ ਗਏ ਠੀਕ ਹੈ ਫਿਰ ਉਹਨਾਂ ਨੇ ਗੁੰਡੇ ਹਾਇਰ ਕਰ ਲਏ ਠੀਕ ਹੈ ਸਾਡੇ ਕਿਹਨੇ ਕੀ ਹੁੰਦਾ ਹੁੰਦਾ ਸੀ ਵੀ ਲੌਂਗੋਵਾਲ ਤੋਂ ਚੜ ਗਿਆ ਤੇ ਉਹਨਾਂ ਨੇ ਗੁੰਡਾ ਨਮੋਲ ਤੋਂ ਬਿਠਾਉਣਾ ਠੀਕ ਹੈ ਫਿਰ ਨਮੋਲ ਵਾਲਾ ਪੁੱਛੂ ਵੀ ਹਾਂ ਟਿਕਟ ਕਿਹਦੇ ਕੋਲ ਨਹੀਂ ਹੈ ਫਿਰ ਬਈ ਉਹ ਲਾ ਕੇ ਕੁੱਟਦਾ ਸੀ ਚੈੱਕਰ ਬਣਦੇ ਸੀ ਚੈੱਕਰ ਬਣਾ ਉਹਨਾਂ ਦੀ ਪਛਾਣ ਇੱਕ ਹੁੰਦੀ ਸੀ ਵੀ ਕੁੜਤਾ ਪਜਾਮਾ ਉਹਨਾਂ ਨੇ ਪਾਇਆ ਹੋਊ ਤੇ ਖੱਟੇ ਰੰਗ ਦਾ ਗਮਛਾ ਉਹਨਾਂ ਦੇ ਗਲ 'ਚ ਔਰ ਉਹਦੇ ਚੜਦਾ ਹੁੰਦਾ ਸੀ ਉਹਦੇ ਹਾਂ ਟਿਕਟ ਕਿਹਨੇ ਦਿੱਤੀ ਲੰਡੂ ਜਿਹਾ ਡੰਡਾ ਉਹਦੇ ਕੋਲੇ ਤੇ ਉਦੋਂ ਬਾਅਦ ਬਈ ਉਹਨੇ ਨਾ ਇਹ ਦੇਖਣਾ ਵੀ ਕੌਣ ਹੈ ਕਿੰਨੀ ਕਿਹਦੀ ਕਿੰਨੀ ਉਮਰ ਜਿਹੜਾ ਸਟੂਡੈਂਟ ਬਣਿਆ ਹੋਇਆ ਯਾਰ ਠੀਕ ਹੈ ਉਹਦੀ ਉਹ ਪਰੇਡ ਹੀ ਪਰੇਡ ਕਰਦੇ ਸੀ ਫਿਰ ਇੱਥੇ ਫਤਿਹਗੜ੍ਹ ਸਾਹਿਬ ਕੋਲੇ ਨਾ ਬਸੀ ਪਠਾਣਾ ਕੋਲ ITI ਇੱਕ ਜਿਹੜੇ ਇਹ ਟਿਕਟ ਨਾ ਦੇਣ ਵਾਲੇ ਹੁੰਦੇ ਸੀ ITI 'ਚ ਪੜ੍ਹਦੇ ਹਾਂ ITI ਵਾਲੀ ਹੁੰਦੇ ਨੇ ਕਿਉਂਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤਾਂ ਮੰਨਦੀ ਨਹੀਂ ਸੀ ਸਿਟੀ ਵਾਲੇ ਤਾਂ ਕਹਿੰਦੇ ਸੀ ਪਾਸ ਬਣਾ ਲਓ ਜੇ ਤੁਸੀਂ ਸਟੂਡੈਂਟ ਹੋ ਵੀ 500 ਰੁਪਏ ਤੁਹਾਨੂੰ ਸਾਰੇ ਪਾਸੇ ਲੈ ਜਾਵਾਂਗੇ ਹੁਣ ਚੱਕਰ ਪੈਂਦਾ ਸੀ ਪੰਜਾਬ ਵਾਲਿਆਂ ਨੂੰ ਜਿਹੜੇ ਉਹ ਬਸੀ ਪਠਾਣਾ ITI 'ਚ ਪੜ੍ਹਦੇ ਸੀ ਉਹ ਦਿੰਦੇ ਨਹੀਂ ਸੀ ਉਹਨਾਂ ਦਾ ਮੁਖੀਆ ਹੁੰਦਾ ਸੀ ਚਰਨਜੀਤ ਸਿੰਘ ਚੰਨੀ ਅੱਛਾ ਜਿਹੜੀ ਐਸੋਸੀਏਸ਼ਨ ਹੁੰਦੀ ਸੀ ਤਾਂ ਚੰਨੀ ਨੇ ਇੱਕ ਵਾਰੀ ਖਰੜ ਉਹਦੇ ਤੇ ਰੋਕ ਕੇ ਇਹਦੇ ਤੇ ਬੱਸ ਸਟੈਂਡ ਤੇ ਰੋਕ ਕੇ ਉਹਨੇ ਪੂਰਾ ਬੱਸਾਂ ਬੁੱਸਾਂ ਭੰਨਤੀਆਂ ਮਤਲਬ ਇਹਨਾਂ ਨੇ ਤੇ ਸਾਡੇ ਪਿੰਡ ਵਾਲੇ ਕੁਛ ਕੁ ਚੰਨੀ ਦੀ ਪਾਰਟੀ 'ਚ ਹੁੰਦੇ ਸੀ ਜਿਹੜੇ ਵੀ ਮਤਲਬ ਜਿਹੜੀ ਗੈਂਗ ਸੀ ਇਹਨਾਂ ਦੀ ਤਾਂ ਸਾਡੇ ਪਿੰਡ ਵਾਲੇ ਵੀ ਉਹਦੇ ਨਾਲ ਹੀ ਪੜ੍ਹਦੇ ਸੀ ਉਹ ਕਹਿੰਦਾ ਵੀ ਸਾਨੂੰ ਨੇ ਕਹਿੰਦਾ ਦੇਖੋ ਤੁਸੀਂ ਮੇਰੇ ਆੜੀ ਹੋ ਜਦੋਂ ਮੈਂ ਦੇਖ ਲਿਆ ਵੀ ਪੁਲਿਸ ਵਾਲੇ ਹੁਣ ਡੰਡਾ ਫੇਰਨ ਨੂੰ ਤਿਆਰ ਨੇ ਵੀ ਮੈਂ ਬੱਸ ਦੇ ਉੱਤੇ ਹੂੰ ਕਿਉਂਕਿ ਮੈਂ ਲੀਡਰ ਹਾਂ ਤਾਂ ਮੈਂ ਤੁਹਾਨੂੰ ਨਾ 3 ਵਾਰੀ ਐਂ ਕਰੂੰ ਕਹਿੰਦਾ ਬਸ ਫਿਰ ਤੁਸੀਂ ਤਾਂ ਕਹਿਤਾ ਕਿੰਨੀ ਦੀ ਉਹ ਭੱਜ ਲਿਓ ਵੀ ਨਹੀਂ ਉਹ ਤੋਂ ਬਾਅਦ ਕਟਾਈ ਹੋਊ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਐਟ ਦੀ ਐਂਡ ਕਟਾਈ ਤਾਂ ਸਾਡੀ ਹੋਣੀ ਆ ਵੀ ਸ਼ੋਅ ਆਫ ਵਾਸਤੇ ਧਰਨਾ ਇੱਕ ਕਰ ਦਿੰਦੇ ਸੀ ਕਹਿੰਦਾ ਜਦ ਉਹਨੇ ਚੰਨੀ ਨੇ ਐਂ ਕਹਿਤਾ ਵੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਵੀ ਅਸੀਂ ਤਾਂ ਖੇਤਾਂ ਦੇ ਵਿੱਚ ਨਹੀਂ ਹੋਵੇ ਵੀ ਹੁਣ ਨਹੀਂ ਮੇਰੀ ਤਾਂ ਬੱਸ ਵਾਲੀ ਉਹੀ ਯਾਦਾਂ ਕਿਉਂਕਿ ਮੈਂ ਮੇਰੀ ਮੰਮੀ ਇੱਧਰ ਪੰਜਾਬ ਦੇ ਆ ਤਾਂ ਜਿਹੜੀ ਪੰਜਾਬ ਵਾਲੀ ਮੈਂ ਬੱਸ ਮੈਂ ਬੈਠਿਆ ਘਨੌਰ ਤੇ ਆਪਣਾ ਅੱਗਾ ਬਹਾਦਰਗੜ੍ਹ ਫਿਰ ਅੱਗਾ ਪਟਿਆਲਾ ਆ ਜਾਇਆ ਵੀ ਮੇਰੀ ਮੰਮੀ ਨੂੰ ਤਾਂ ਪਤਾ ਨਹੀਂ ਉਹ ਕਿਆ ਹੋਏ ਕਰਦਾ ਵੀ ਜੇ 3-4 ਕਿਲੋਮੀਟਰ ਵੀ ਦੂਰ ਪੜਿਆ ਨਾ ਵੀ ਆਪਣਾ ਸਟੇਸ਼ਨ ਵੀ ਪਹਿਲਾਂ ਹੀ ਪਿਛਲੀ ਸੀਟ ਤੇ ਆਪਣਾ ਉਹ ਸਮਾਨ ਚੱਕ ਲਿਆ ਬਸ ਔਰ ਇਹਨੇ ਰੋਕਣੀ ਹੈ ਉਸਕੇ ਗੇਟ ਕੇ ਪਾਸ ਜਾ ਕੇ ਖੜਾ ਹੋ ਜਾਣਾ ਉੱਤਰ ਦਿੰਦੇ ਨਾ ਭੱਜ ਭੱਜ ਕੇ ਇਹ ਜਦੋਂ ਅਸੀਂ ਨਾਨਕੇ ਜਾਂਦੇ ਹੁੰਦੇ ਸੀ ਨਾ ਮੇਰੇ ਨਾਨਕੇ ਰੋਪੜ ਨੇ ਤਾਂ ਵਿੱਚ 2 ਨਹਿਰਾਂ ਪੈਂਦੀਆਂ ਨੇ ਅਸੀਂ ਹੁਣ ਛੋਟੇ ਛੋਟੇ ਹੁੰਦੇ ਸਾਡੇ ਪਿੰਡ ਦਾ ਟੋਭਾ ਹੁੰਦਾ ਸੀ ਯਾਰ ਜਦੋਂ ਨਹਿਰ ਦੇ ਉੱਤੇ ਨਿਕਲਣਾ ਮੰਮੀ ਮੰਮੀ ਉਹ ਕਿੱਡਾ ਬੜਾ ਟੋਭਾ ਉਰੇ ਕਹਿੰਦੀ ਤੁਸੀਂ ਟੋਭੇ 'ਚ ਬਸੇ ਰਹੇ ਹੋ ਆਰਾਮ ਜਾਂਦੇ ਨਹਿਰ ਹੈ ਟੋਭਾ ਨਹੀਂ ਮੈਂ
ਮਾਰੇ ਪਰਾਂ ਘਨੌਰ ਵਾਲੀ ਨਹਿਰ ਨਹਿਰ ਆ ਨਾ, ਮੈਂ ਤਾਂ ਜਦ ਛੋਟਾ ਹੋਏ ਕਰਾਂ ਤਾਂ ਮਨ ਤੋਂ ਨਹੀਂ ਉਹ ਹੈ ਸੜਕ ਥੋੜ੍ਹੀ ਸੀ ਆ, ਜਦ ਬੱਸ ਗੈਲ ਚੱਲੇ ਕਰਾਂ ਦੀ ਨਾ ਮਨ ਤੋਂ ਨਹੀਂ ਲਗਾਇਆ ਕਰਾਂ ਉਹ ਡਰਾਈਵਰ ਵਿੱਚ ਮੈਂ ਗੇਰਨੇ ਨਾ ਡਰ ਲੱਗਿਆ ਕਰਾਂ ਤਾਂ ਮੈਂ ਦੇਖਦੇ ਹੋਏ ਯਾਰ ਸ਼ਰਮ ਮੈਂ ਇਹਨਾਂ ਨੂੰ ਤਾਂ ਇਹ ਲੱਗਦਾ ਵੀ ਸਾਡਾ ਕਿਹੜਾ ਨੁਕਸਾਨ ਹੋਊ ਵੀ ਕਿਤੇ ਮਰਜ਼ੀ ਫਸਾ ਲਈ ਅਸੀਂ। ਇੱਕ ਮੈਨੂੰ ਐਂ ਨਹੀਂ ਸਮਝ ਲੱਗਦੀ ਵੀ ਦੇਖ ਉਹਨੂੰ ਵੀ ਪਤਾ ਮੇਰੇ ਕੋਲ ਵੱਡਾ ਵਹੀਕਲ ਹੈ ਬੱਸ ਚਲਾਉਂਦਾ ਉਹ ਬੱਸ ਦਾ ਡਰਾਈਵਰ, ਤੇ ਦੂਜੇ ਨੂੰ ਵੀ ਪਤਾ ਦੋਨੇ ਕਵਰ ਕਰ ਲੈਣਗੇ ਤੇਰੇ ਵਾਲੀ ਚ ਕਿਹੜਾ ਉਹ ਲੱਗ ਰੱਖੇ ਨੇ ਵੀ ਜਿਹੜੇ ਅੱਗ ਜੀ ਕੱਢਦੇ ਹੁੰਦੇ ਨੇ, ਤੇਰੀ ਵੀ ਓਨੀ ਸਪੀਡ ਆ ਉਹਦੀ ਵੀ ਓਨੀ ਆ, ਫਸਾ ਕਰੇ 2 ਕਿਲੋ ਚੱਲ। ਇੱਕ ਹੋਰ ਵਾਲੇ ਤੋਂ ਨਹੀਂ ਕਹਾ ਕਹਾ ਵੀ ਜੇ ਇਹਨੂੰ ਹਰਿਆਣਾ ਰੋਡਵੇਜ ਵਾਲੇ ਨੂੰ ਓਲੰਪਿਕ ਮੈਂ ਲੈ ਜਾਣਾ ਨਹੀਂ ਫਸਾ ਕੇ ਰੇਸਾਂ ਮਕਾਨ ਗੋਲਡ ਮੈਡਲ ਜਿੱਤ ਲਿਆ। ਮੈਨੂੰ ਐ ਨੀ ਵੀ ਕਾਲੀ ਕਾਹਦੀ ਆ ਤੁਹਾਨੂੰ ਵੀ ਤੁਸੀਂ ਕਿਹੜਾ ਟੈਂਡਰ ਪੋਹ ਕਰਨਾ, ਅੱਧੇ ਅੱਧੇ ਤਾਂ ਇਸੇ ਅਣਖ ਚ ਹੀ ਹੈ ਵੀ ਉਹ ਪੰਜਾਬ ਰੋਡਵੇਜ ਆ ਮੈਂ ਹਰਿਆਣਾ, ਸਟੇਟ ਦੀ ਬੇਇੱਜ਼ਤੀ ਹੋ ਜੂਗੀ ਜੇ ਅੱਗੇ ਲੰਘ ਗਈ ਪੰਜਾਬ ਰੋਡਵੇਜ। ਮੈਨੂੰ ਇਹ ਵੀ ਲੱਗਦਾ ਵੀ ਇਕੱਠੇ ਬਹਿ ਕੇ ਬ੍ਰੈਗ ਵੀ ਬਹੁਤ ਕਰਦੇ ਹੋਣਗੇ, ਤਿੰਨ ਕਾਰਾਂ ਦੀਆਂ ਪਟਾਤੀਆਂ ਜਮਾ ਹੀ ਨੀ ਦੇਖਿਆ। ਅੱਧਿਆਂ ਨੇ ਤਾਂ ਹੋਰਨ ਉਹ ਲਵਾਏ ਹੁੰਦੇ ਨੇ ਵੀ ਜਿਹੜਾ 80 ਕੁ ਉਮਰ ਦੀ ਬਾਬਾ ਜੇ ਸਕੂਟਰੀ ਤੇ ਜਾ ਰਿਹਾ ਉਹਨੂੰ ਤਾਂ ਅਟੈਕ ਕਰਾ ਦਿੰਦੇ ਨੇ, ਜੇ ਕੋਲ ਜੀ ਲਿਜਾ ਕੇ ਨਾ ਕਰਦਾ ਬਟਨ ਥੋੜੀ ਹੋਰਨ ਮਾਰਨ ਵਾਲਾ, ਇੱਕ ਨਾ ਪੱਤੀ ਮੋਸ ਕੇ ਬਾਕੀ ਤੇ ਉਹਦੇ ਤੇ ਨਾ ਪੋਲਾ ਹੱਥ ਰੱਖ ਦਿੰਦੇ ਉਹਦੇ ਨਾਲ ਟੱਚ ਹੋ ਜਾਂਦੀ ਹੈ, ਫਿਰ ਦੱਬਣੀ ਪਊ ਨਾ ਤਾਂ ਹੱਥੀ ਰੱਖਣਾ ਬਸ ਚਾਹੇ ਪੰਜਾਬ ਵਾਲੇ ਹੁਣ ਚਾਹੇ ਇਹ ਤਾਂ ਤੂੰ ਇਹ ਸ਼ੁਕਰ ਕਰ ਵੀ ਪੰਜਾਬ 'ਚ ਸੜਕਾਂ ਬਣ ਗਈਆਂ ਵੀ ਚੱਲ 2 ਲੇਨਾਂ ਹੋ ਗਈਆਂ, ਪਹਿਲਾਂ ਜਦੋਂ ਬਠਿੰਡੇ ਵਾਲੀ ਸੁਰੋਂ ਸਿੰਗਲ ਲੇਨ ਹੁੰਦੀ ਸੀ ਠੀਕ ਹੈ ਉਦੋਂ ਕਿਹੜਾ ਸਾਨੂੰ ਰਾਹ ਦਿੰਦੇ ਸੀਗੇ, ਨਾਲੇ ਐਂ ਪਤਾ ਵੀ ਮੂਹਰੋਂ ਟ੍ਰੈਫਿਕ ਆਉਣਾ ਵੀ ਆਪੇ ਕੱਚੇ ਚਲਾ ਲੂ ਹੋ ਯਾਰ ਵੀ ਅਸੀਂ ਤਾਂ ਹੀ ਚਲਾਵਾਂਗੇ। ਇੱਕ ਮੈਨੂੰ ਐਂ ਨਹੀਂ ਸਮਝ ਲੱਗਦੀ ਜਦੋਂ ਮੰਨ ਲਾ ਸਿੰਗਲ ਉਹ ਹੈ ਮੰਨ ਲਾ ਇਹ ਕਿਸੇ ਨੂੰ ਓਵਰਟੇਕ ਕਰ ਰਹੇ ਨੇ ਤਾਂ ਓਬਵੀਅਸਲੀ ਤੇਰੀ ਜ਼ਿੰਮੇਵਾਰੀ ਹੈ ਜੇ ਤੂੰ ਰੋਂਗ ਸਾਈਡ ਆ ਵੀ ਤੂੰ ਨਾ ਤੈਨੂੰ ਅੱਖਾਂ ਦਿਖਾਉਣਗੇ ਕਿੱਧਰ ਆ ਰਿਹਾ ਹੈ ਉਹ ਬਈ ਤੂੰ ਰੋਂਗ ਸਾਈਡ ਆ ਰਿਹਾ ਕੀ ਹੋ ਰਿਹਾ ਜਿੱਧਰ ਬੱਸ ਪਾਤੀ ਉਹ ਰਾਈਟ ਸਾਈਡ ਹੈ ਹਾਂ ਗਮਛਾ ਸਾ ਸਟੀਅਰਿੰਗ ਟੀ ਨੀ ਨੀ ਇੱਕ ਮੰਨ ਲੈ ਵੀ ਨਾ ਸਾਡੇ ਨਾ ਇੱਧਰ ਦਸੂ ਮਾਜਲੇ ਵਾਲੇ ਰੋਡ ਤੇ ਨਾ ਜਾਮ ਬਹੁਤ ਲੱਗਦਾ ਵੀ ਜਾਮ ਲੱਗ ਗਿਆ ਤਾਂ ਉਹ ਸਾਈਡ ਖੜ ਗਈ ਤੇਰੇ ਯਾਰ ਦੀ ਜਿਹੜੀ ਗਲੀ ਚ ਨਾ ਮਤਲਬ ਮਰੂਤੀ ਮਸਾਂ ਲੰਘਦੀ ਹੈ ਤੇ ਵਿੱਚ ਨੂੰ ਬੱਸ ਜਾ ਰਹੀ ਹੈ ਪੰਜਾਬ ਰੋਡਵੇਜ਼ ਦੀ ਸ਼ੂਕ ਦੀ ਉਹ ਤੇ ਇੱਕ ਐਂ ਨਹੀਂ ਪਤਾ ਲੱਗਦਾ ਵੀ ਉਹਦੇ ਚ ਕੀ ਰਿਪੇਅਰਿੰਗ ਹੁੰਦੀ ਹੈ ਆਈ ਡੋਂਟ ਨੋ ਮਕੈਨੀਕਲ ਚੀਜ਼ਾਂ ਉਹਨਾਂ ਨੂੰ ਪਤਾ ਹੋਊਗਾ ਅਸੀਂ ਟੇਢੀ ਬੱਸ ਚੱਲ ਮੈਂ ਵੀ ਦੇਖੀ ਆ ਮੈਂ ਕਿਹਾ ਇਹ ਪਤਾ ਨਹੀਂ ਪਲਟੂਗੀ ਬਲੂਨ ਗਿਆ ਬਲੂਨ ਹੁੰਦੇ ਆ ਇਹਦੇ ਚ ਜੋ ਕਿਤੇ ਦਬ ਗਿਆ ਤਾਂ ਬੱਸ ਵੀ ਇੱਧਰ ਨੂੰ ਟੇਢੀ ਹੋ ਜਾਂਦੀ ਹੈ ਤੇਰੀ ਗੱਡੀ ਦਾ ਸਸਪੈਂਸ਼ਨ ਖਰਾਬ ਹੋ ਜਾਏ ਤਾਂ ਮਤਲਬ ਥੋੜਾ ਜਿਹੜਾ ਤੈਨੂੰ ਡਰ ਲੱਗਿਆ ਰਹੂਗੀ ਭੈਣ ਚੋਂ ਟੇਢੀ ਹੋ ਗਈ ਤੇਰੀ ਗੱਡੀ ਪਲਟ ਨਹੀਂ ਸਕਦੀ ਠੀਕ ਹੈ ਪਰ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਹੈਗਾ ਔਰ ਤਾਂ ਹੋਰ ਪੜੀ ਤਾਂ ਵੀ ਬਿਠਾ ਲੈਣਗੇ ਤਾਂ ਤਾਂ ਬਿਠਾ ਲੈਣਗੇ ਤੇ ਦੂਜਾ ਜਿਹੜਾ ਸਾਹਮਣੇ ਆਉਂਦਾ ਉਹਨੂੰ ਪਤਾ ਵੀ ਬਿੰਗੀ ਹੈ ਉਹ ਦੂਆ ਇੱਕ ਦਿਨ ਆਹ ਇੱਧਰੋਂ ਪੰਜਾਬ ਰੋਡਵੇਜ ਜਾਵੇ ਉੱਧਰੋਂ ਹਰਿਆਣਾ ਰੋਡਵੇਜ ਆ ਉਹਦੀ ਥੋੜੀ ਜਿਹੀ ਬਿੰਗੀ ਸੀ ਇਹਦੀ ਵੱਧ ਬਿੰਗੀ ਸੀ ਤੇ ਉਹ ਹਰਿਆਣੇ ਵਾਲਾ ਉਹਦੇ ਤਾਕੀ ਵਿੱਚ ਨੂੰ ਬਾਹਰ ਕੱਢ ਕੇ ਕਹਿੰਦਾ ਤੇਰੀ ਮੈਂ ਇਹ ਕੀ ਬਰੈਕ ਕਰ ਵੀ ਮੇਰੀ ਘੱਟ ਬਿੰਗੀ ਹੈ ਤੇਰੀ ਵੱਧ ਬਿੰਗੀ ਹੈ ਹੈ ਦੋਹੇ ਬਿੰਗੀਆਂ ਦੀ ਆਹੋ ਮੈਨੂੰ ਇਹੋ ਯਾਦ ਆ ਵੀ ਜਦ ਆਪਾਂ ਨਾਨੇ ਕੇ ਜਾਏ ਘਰਾਂ ਦੇ ਆਪਣਾ ਬੱਸਾਂ ਬੈਠ ਗਾ ਉਹ ਬੱਸ ਡਰਾਈਵਰ ਵਾਲਾ ਕੰਡਕਟਰ ਕਿਆ ਨਾਮ ਉਸਕਾ ਕਹੀਂ ਰੋਕਾ ਅੱਡੇ ਸੇ ਵਾ ਜਿਸ ਤਰ੍ਹਾਂ ਜੇ ਨਹੀਂ ਵੀ ਆਪਣਾ 30 ਕਿਲੋਮੀਟਰ ਆ ਗਏ ਵੀ ਬਹਾਦਰਗੜ੍ਹ ਰੁਕੀ ਫਿਰ ਉਸ ਬਾਅਦ ਉਸਨੇ ਨਹੀਂ ਕਹਿ ਦੇਣਾ ਵੀ ਹਾਂ ਬੱਸ ਰੁਕੀ ਜਿਸਨੇ ਆਪਣਾ ਚਾਹ ਪਾਣੀ ਪੀਣਾ ਪੀ ਲਿਓ ਮੈਨੂੰ ਤਾਂ ਨਹੀਂ ਲਾਇਆ ਕਰਦਾ ਵੀ ਚਾਹ ਪਾਣੀ ਪੀਣੇ ਮੈਂ ਕਿਹਾ ਵੀ 10 ਜਾਂ 15 ਮਿੰਟ ਲੱਗ ਜਾਂਗੇ ਤੇਰੇ ਯਾਰ ਜੀ ਡੇਢ ਘੰਟੇ ਚਲਾ ਲੈ ਉਹਨਾਂ ਦਾ ਨਾ ਉਹ ਸ਼ੋਪ ਵਾਲੇ ਨਾਲ ਉਹ ਹੁੰਦਾ ਸੀਗਾ ਕੰਟਰੈਕਟ ਵੀ ਜਿੰਨੀ ਤੇਰੀ ਸੇਲ ਹੋਈ 10% ਮੇਰਾ ਉਹਦੇ ਚੋਂ ਜੇ ਹੁਣ ਜ਼ਿਆਦਾ ਦੇਰ ਕੱਢੂਗੀ ਤਾਂ ਹੀ ਤੂੰ ਚਿਪਸ ਲਏਗਾ ਨਹੀਂ ਤਾਂ ਤੂੰ ਕਹੇਗਾ ਵੀ ਹੁਣ ਚੱਲ ਪਿਓ 10 ਘੰਟਾ ਮੈਂ ਹੀ ਖੜਾ ਖੜਗਾ ਯਾਰ ਮਤਲਬ ਉਹਨਾਂ ਦਾ ਹੁੰਦਾ ਹੋ ਵੀ ਜਦੋਂ ਤੱਕ ਇੰਨੀ ਸੇਲ ਹੁੰਦੀ ਨਹੀਂ ਉਦੋਂ ਤੱਕ ਬਸ ਨਹੀਂ ਚੱਲਦਾ ਕਿਉਂਕਿ ਉਹ ਜਿਹੜਾ ਹੋਟਲ ਵਾਲਾ ਹੋਊ ਨਾ ਉਹਦੇ ਕੋਲ ਤੇਰੇ ਕੋਲ ਕੋਈ ਵੀ ਓਰੀਜਨਲ ਚੀਜ਼ ਨਹੀਂ ਤੈਨੂੰ ਮਿਲੂ ਉਹਦੇ ਕੋਲ ਕੱਚਾ ਆਮ ਦੀ ਫੱਚਾ ਆਮ ਹੋਊ ਉਹਦੇ ਕੋਲ ਲੇਸ ਦੇ ਹੋਰੇ ਫੇਸ ਫੂਸ ਜੇ ਹੋਣਗੇ ਕੋਲਡ ਡਰਿੰਕ ਵਾਲੇ ਬੇਕਾਰ ਆਰਸੀ ਕੋਲਾ ਪਤਾ ਨਹੀਂ ਕੀ ਵੀ ਤੁਸੀਂ ਦੂਜਾ ਰੱਖ ਲਓ ਅਸਲੀ ਉਹਦੇ ਚ ਕੀ ਹੈ ਸਟਿੰਗ ਦਾ ਪਟਿੰਗ ਪਟੁੰਗ ਹੋਊ ਉਹਦੇ ਪਿੰਡਾਂ ਕੰਨੀ ਚਲੇ ਜਾ ਪਰਾਂ ਤਾਂ ਕੋਈ ਓਰੀਜਨਲ ਬ੍ਰਾਂਡ ਹੈ ਹੀ ਨਹੀਂ ਅਰ ਤੈਨੂੰ ਲੱਗੂਗਾ ਸੇਮ ਵੀ ਆਹੀ ਹੈ ਇਤਨਾ ਗੰਦਾ ਟੇਸਟ ਹੋਇਆ ਯਾਰ ਉਹਨਾਂ ਕੋ ਪੁੱਛਿਆ ਕੁਝ ਨਾ ਮੈਂ ਮੈਨੂੰ ਭੁਲੇਖਾ ਪਿਆ ਸੀ ਇੱਕ ਵਾਰੀ ਕੱਚਾ ਆਮ ਟੌਫੀਆਂ ਉਹਨਾਂ ਤੋਂ ਖਾਸੀਆਂ ਚੱਲ ਪਈਆਂ ਸੀ ਮੈਂ ਕਿਹਾ ਚੱਲ ਵੀ ਪੂਰੀ ਦੁਕਾਨ ਤੇ ਇਹ ਬਈ ਇਹ ਸਹੀ ਆਈਟਮ ਲੱਗ ਰਹੀ ਹੈ ਵੀ ਟੌਫੀਆਂ ਤਾਂ ਇਹੀ ਹੋਣਗੀਆਂ ਮੈਂ ਉਹਨੂੰ ਕਹਿਆ ਮੈਂ 10 ਰੁਪਏ ਦੀਆਂ ਦੇ ਦੇ ਵੀ ਜਦ ਮੈਂ ਉਹ ਖਾਈ ਮੈਂ ਦੋ ਦੂਈ ਤੋਂ ਬੜਾ
ਗਿਲਪਲੀ ਜੀ ਉਹਦਾ ਗਾਰਾ ਜਿਹਾ ਬਣ ਗਿਆ ਮੈਂ ਕਿਹਾ ਇਹ ਕੀ ਯਾਰ ਸਰ ਇਹ ਫਿਰ ਉਹ ਤੋਂ ਬਾਅਦ ਕਾਪੀ ਆਈ ਪਲਸ ਦੀ ਪਲਸ ਟੋਫੀ ਦੀ ਉਹ ਢਾਬਿਆਂ ਦੇ ਭੈਣ ਦੇ ਪਲਸ ਟੋਫੀ ਦੀ ਹੋਰ ਗਰਲਸ ਮਲਸ ਜਿਹਾ ਖਿਲਾ ਦੇਣਾ ਉਹਨਾਂ ਨੇ ਤੁਹਾਨੂੰ ਜਿਹੜੀ ਉਹ ਕੋਲਡ ਡਰਿੰਕ ਨਕਲੀ ਰੱਖਣ ਵਾਲੀ ਬਾਤ ਹੈ ਨਾ ਮੇਰੇ ਮਾਮੇ ਕੀ ਦੁਕਾਨ ਆ ਪ੍ਰਚੂਨ ਕੀ ਕਰਿਆਨੇ ਕੀ ਮਤਲਬ ਉਹਨੇ ਪਿੰਡ ਮਾਂ ਖਾਸੀ ਬੜੀ ਕਰ ਰੱਖੀ ਆ ਪਹਿਲਾਂ ਛੋਟੀ ਸੀ ਹੋਏ ਕਰਾਤੀ ਅੱਜ ਦੇ ਆਈ ਥਿੰਕ ਲਾ ਲੇ 9-10 ਸਾਲ ਪਹਿਲਾਂ ਕੀ ਬਾਤ ਆ ਤੋ ਮੈਂ ਜਦ ਵੀ ਮਹਾਂ ਜਾਣਾ ਮੇਰੇ ਮਾਮੇ ਨੇ ਕਿਆ ਕਰਨਾ ਮੈਨੂੰ ਜਿਹੜੀ ਉਹ ਓਰੀਜਨਲ ਉਸ ਵਾਲੀ ਬ੍ਰਾਂਡ ਵਾਲੀ ਬੋਤਲਾਂ ਵੀ ਕੋਕਾ ਕੋਲਾ ਪੈਪਸੀ ਜਾਂ ਫੈਂਟਾ ਉਹ ਨਹੀਂ ਪਿਲਾਣੀ ਹੈ ਜਿਹੜੀ ਉਸ ਤੇ ਸਸਤੀ ਆ ਵਾ ਥੋੜੀ 6 ਰੁਪਏ ਕੀ 7 ਰੁਪਏ ਕੀ ਕਹਿੰਦਾ ਲੈ ਪੀ ਵਾਲੀ ਮਖਾ ਯਾਰ ਪਿੱਦਾ ਵਿੱਚ ਨੂੰ ਇੰਨਾ ਟ੍ਰੈਂਡ ਚੱਲ ਗਈ ਨਾ ਜੇ ਤੁਹਾਡੇ ਘਰੇ ਵਿਆਹ ਹੈ ਹੁਣ ਇੱਕ ਨਾ 6-10 ਸਟੋਰ ਜੇ ਖੁੱਲੇ ਸੀ ਉੱਥੇ ਮਿਲਦੀ ਸੀ ਆ ਨਕਲੀ ਜੀ ਲੈ ਇਹਦੀ ਪੇਟੀ ਮੈਂ ਤੈਨੂੰ 350 ਦੀ ਦਵਾਉ 500 ਦੀ ਹੈ ਹਾਂ ਉਹ ਸਾਰੇ ਵਿਆਹ ਦਾ ਸਵਾਦ ਹੀ ਖਰਾਬ ਕਰ ਦਿੰਦੇ ਉਹ ਸੜੇ ਵੇ ਠੰਡੇ ਉਹ ਬੇਕਾਰ ਜਿਹੇ ਕਾਰਪੋਰੇਟਿਡ ਵਾਟਰ ਜਿਹਾ ਭੈਣ ਚੋਂ ਸੜਿਆ ਹੋਇਆ ਇੱਕ ਬੱਸਾਂ ਕੀ ਯਾਦ ਆ ਮੇਰੀ ਆਪਣੀ ਮੰਮੀ ਪਿੱਛਾ ਹਰ ਵਾਰ ਉਸ 'ਤੇ ਗਾਲਾਂ ਖਾਣੀਆਂ ਕਿਉਂਕਿ ਇੱਕ ਤੋਂ ਬੱਸਾਂ ਵਾਵਾ ਮੈਂ ਮਰੁੰਡੇ ਵੇਚਣ ਵਾਲੇ ਇੱਕ ਤੇਰਾ ਕਿਆ ਨਾਮ ਹੈ ਬੇਲਪੂਰੀ ਵਾਲੇ ਇੱਕ ਮੱਛੀ ਟੋਫੀਆਂ ਮੱਛੀ ਸੀ ਮੱਛੀ ਕੀ ਸ਼ੇਪ ਮੈਂ ਜਿਹੜੀ ਟੋਫੀਆਂ ਬਣੀਆਂ ਵਾਲੀ ਸੰਗਤਰੇ ਵਾਲੀ ਮੈਂ ਕਿਹਾ ਮੰਮੀ ਉਹ ਦਵਾ ਦੇ ਮੈਨੂੰ ਔਰ ਆਪਣੇ ਘਰ ਕਿਹਨੂੰ ਲੱਗਾ ਵੀ ਜਿਹੜਾ ਨੇ ਸਮਾਨ ਲੈ ਰਹੇ ਆ ਵੀ ਇਸ 'ਤੇ ਅਨਹਾਈਜੀਨਿਕ ਔਰ ਅਨਹੈਲਦੀ ਕੋਈ ਚੀਜ਼ ਨਹੀਂ ਹੈ ਦੁਨੀਆ ਵਾ ਮੇਰੇ ਤਾਂ ਦਿਮਾਗ ਆ ਰਾਜੀ ਓਏ ਆ ਗਿਆ ਬਸ ਪਾਸ ਤੱਕ ਫਿਰ ਦਵਾਉਂਗੀ ਇੱਕ ਮਤਲਬ ਜਦੋਂ ਮੈਂ ਬਸ ਸਮਝਾ ਉਹਦਾ ਨਾ ਉਹਨਾਂ ਨੇ ਚਲਾਇਆ ਸੀਗਾ ਮੈਂਗੋ ਸ਼ੇਕ ਬਾਈ ਠੀਕ ਹੈ ਮਤਲਬ ਕਿ ਯਾਰ ਯੂਜੂਲੀ ਮੈਂਗੋ ਸ਼ੇਕ ਹੁੰਦਾ ਵੀ ਤੂੰ ਦੁੱਧ 'ਚ ਅੰਬ ਉਹ ਕਰ ਲਿਆ ਰਾਈਟ ਹਾਂ ਉਹਦਾ ਹਲਕਾ ਜਿਹਾ ਯੈਲੋ ਹੁੰਦਾ ਕਰੀਮ ਜਿਹਾ ਰੰਗ ਹੋ ਜਾਂਦਾ ਠੀਕ ਹੈ ਜਿਹੜਾ ਬੱਸਾਂ 'ਚ ਮਿਲਦਾ ਉਹ ਸਰੇਆਮ ਯੈਲੋ ਸਹੀ ਬਾਤ ਉਹ ਵਧੀਆ ਅਲਫਾਂਜੋ ਮੈਂਗੋਜ਼ ਹੁੰਦੇ ਆ ਜਿਵੇਂ ਉਹਦਾ ਜਿਵੇਂ ਮਾਜ਼ੇ ਦਾ ਪਲਪ ਫਸ ਗਿਆ ਕਿਤੇ ਵੀ ਜਿਹੜਾ ਉਹਦਾ ਗੰਦ ਬੰਦਾ ਵੀ ਉਹ ਪਾਤਾ ਪਰ ਉੱਤੇ ਮੇਰੇ ਥੱਲੇ ਉਹ ਚੈਰੀਆਂ ਹੀ ਆ ਪਾ ਕੇ ਚਿੱਟਾ ਜਿਹਾ ਖੋਪਾ ਇੱਕ ਬੋਲੇ ਮੈਂਗੋ ਸ਼ੇਕ ਇੱਕ ਉਹ ਇੱਕ ਦਵਾਈਆਂ ਦਵਾਈਆਂ ਵੇਚਣੇ ਆ ਬਹੁਤ ਆ ਬਸ ਉਹ ਤਾਂ ਜਿਹੜਾ ਕੰਫੀਡੈਂਸ ਲੈਵਲ ਹੁੰਦਾ ਸੁਰਮਾ ਪਾ ਲਿਓ ਜੀ ਤੱਕੇ ਨਾਲੀਆਂ ਫੜ ਕੇ ਤੂੰ ਬੈਠਾ ਆਰਾਮ ਨਾਲ ਦਰਖਤ ਪਚੂੰ ਕਰਕੇ ਆ ਦੇਖੋ ਜੀ ਮੁੰਡੇ ਮਿੰਟੋ ਮਿੰਟੀ ਗਰੰਟੀ ਵੀ ਲੈ ਜਾਂਦੇ ਨੇ ਉਹ ਤਾਂ ਮਤਲਬ ਇੰਨਾ ਸਾਬਤ ਕਰ ਲਿਆ ਮੈਂ ਮੁੰਡੇ ਨੇ ਕੋਈ ਅੰਨਾ ਹੈ ਉਹਨੂੰ ਲਿਆ ਹਾਂ ਵੀ ਉਹਦੇ ਮੈਂ ਉਹਦੇ ਉਹ ਪਾ ਦੂੰ ਅੱਖਾਂ 'ਚ ਰੌਸ਼ਨੀ ਪਾ ਦੂੰਗਾ ਜਿਹੜੇ ਬੁੜੇ ਹੋਮਾ ਨਾ ਉਹਨੂੰ ਤਾਂ ਮੈਂ ਪੁੱਛਦੇ ਵੀ ਨਹੀਂ ਹੈ ਕਿਆ ਜੇ ਪਿੱਛੇ ਤੇ ਕਹਿੰਦੇ ਅਰੇ ਹੋਮਾ ਪਾਸ ਆ ਕੇ ਕਿਸੇ ਬੁੜੇ ਕੇ ਇਹ ਦੇਖੋ ਅੱਖਾਂ ਉਹ ਸਿੱਧੀ ਪਾ ਦੇਣੀ ਦਵਾਈ ਇੱਕ ਉਹਨਾਂ ਦਾ ਮਤਲਬ ਮੰਨ ਲੈ ਨਾ ਮੈਂ ਨਾ ਮੰਨ ਲੈ ਤੂੰ ਬੱਸ ਸਟੈਂਡ ਤੋਂ ਨਾ ਉਹਦੇ ਬਹਿ ਗਿਆ ਬੱਸ 'ਚ ਤਾਂ ਉਹ ਕੁਛ ਕੁ ਟਾਈਮ ਉੱਥੇ ਖੜੀ ਰਹਿੰਦੀ ਵੀ ਜਦ ਤੱਕ ਭਰਦੀ ਨਹੀਂ ਉਦੋਂ ਤੱਕ ਆਉਂਦੇ ਨਾ ਇੱਕ ਨਾ ਉਹ ਬੱਸ 'ਚ ਨਾ ਉਦੋਂ 4-5 ਜਣੇ ਬੈਠੇ ਸੀ ਵੀ ਮੈਂ ਮੰਨ ਲਾ 45 ਵਾਲੀ ਸੀਟ 'ਤੇ ਬੈਠਾ ਸੀ ਇੱਕ ਦੋ ਅੱਗੇ ਬੈਠੇ ਸੀ ਉਹ ਪਿਛਲੀ ਉਹਨੂੰ ਚੜਿਆ ਉਹਦੇ ਕੋਲ ਪਹਿਲਾ ਬੰਦਾ ਮੈਂ ਹੀ ਸੀ ਮਤਲਬ ਕੋਲ ਜਿਹਨਾਂ ਕਹਿੰਦਾ ਉਂਗਲ ਜੀ ਪੈ ਜਾਂਦੀ ਫੋਨ ਦੇ ਪਿੱਛੇ ਉਹਨਾਂ ਕੋਲ ਮਲਟੀ ਟਾਸਕ ਵਾਲੀਆਂ ਇੰਨੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਇਸਕੋ ਚਾਹੇ ਰਬੜ ਬੈਂਡ ਬਣਾ ਲਓ ਇਸਕੋ ਚਾਹੇ ਮੱਥੇ ਇਸਕਾ ਕਫਨ ਬਣਾ ਲਓ ਪਤਾ ਨੀ ਕਿੱਥੋਂ ਰੰਗ ਜੇ ਬਦਲੀ ਜਾਣਗੇ ਉਹਨਾਂ ਦੇ ਇੱਕ ਨਾ ਉਹਨਾਂ ਦੀ ਟਿਕਟ ਲੱਗਦੀ ਕਦੀ ਵੀ ਮੈਂ ਉਹਨੂੰ ਸਭ ਪਤਾ ਹੋਵਾ ਵੀ ਇਸ ਟਾਈਮ ਚੱਲਣ ਵਾਲੀ ਬਸ ਬੜੇ ਘੰਟੇ ਹੁੰਦੇ ਨੇ ਉਹ ਚੜ ਜਾਗੇ ਬੋਲਦੇ ਬੋਲਦੇ ਉਤਰ ਜਾਗੇ ਬਸ ਸਟੈਂਡ ਤੇ ਚੜ ਗਏ ਔਰ ਦੂਜੇ ਚੌਂਕ ਤੇ ਉਤਰ ਗਏ ਪਰ ਉੱਥੋਂ ਚੜ ਗਏ ਫਿਰ ਬਸ ਸਟੈਂਡ ਤੇ ਆ ਗਏ ਇੱਕ ਉਹ ਜਿਹੜੇ ਉਹਦੇ ਵਾਲੇ ਹੁੰਦੀ ਗਿਰੀ ਜੀ ਵਾਲੇ ਮਾਰੇ ਕਰਕੇ ਨਿਊ ਕਹਦੇ ਵੀ ਚੱਲ ਇਹਨੂੰ ਕੁਛ ਨਾ ਦਬਾਕਾ ਖੋਪਾ ਗਿਰੀ ਵਧੀਆ ਇਹਨੂੰ ਖੋਪਾ ਗਿਰੀ ਮੈਨੂੰ ਨਾ ਇੱਕ ਦੋ ਵਾਰੀ ਦਵਾਈ ਤੀਸਰੀ ਵਾਰੀ ਮੰਮੀ ਨੇ ਕਹਿ ਦੇ ਵੀ ਇਹ ਤਾਂ ਜਿਹੜੇ ਮਰੇ ਹੋਏ ਹੁੰਦੇ ਉੱਥੋਂ ਚੱਕਿਆ ਹੁੰਦਾ ਜਿਹੜੇ ਆਪਾਂ ਉਹ ਗਿਰਦੇ ਵੀ ਇਹ ਉਹ ਵਾਲੇ ਕੱਢ ਕੇ ਖਵਾਉਂਦੇ ਮਰਜ਼ਾ ਆਰਾਮ ਚੱਲਦੇ ਇਹ ਨਹੀਂ ਖਾਈ ਪਰ ਉਹ ਤਾਂ ਜਵਾਬ ਮੈਂ ਨੀ ਮੁੜ ਕੇ ਖਾਇਆ ਬਈ ਯਾਰ ਮੇਰੇ ਹਿਸਾਬ ਨਾਲ ਵੀ ਜਵਾਕ ਨੂੰ ਕਿਸੇ ਨੂੰ ਪਸੰਦ ਹੋਊ ਕੋਪਾ ਗਿਰੀ ਜੀ ਨਹੀਂ ਪਤਾ ਕਿਹੜੀ ਹੋਵਾਂ ਮੈਂ ਦੋ ਤਰ੍ਹਾਂ ਕੀ ਹੋਵਾਂ ਇੱਕ ਤਾਂ ਹੋਵਾ ਵਧੀਆ ਵਾਲੀ ਥੋੜੀ ਉਹ ਥੋੜੀ ਮਿਲਕ ਟਾਈਪ ਪਾਣੀ ਦੀ ਕੁੰਡਲੀ ਨੀ ਕਰਦਾ ਨਿਕਲੀ ਜਾਊ ਬਰਾਦਾ ਤੇਰੇ ਆਸੇ ਪਾਸੇ ਤੋਂ ਇਸ ਤਰ੍ਹਾਂ ਲੱਗਦਾ ਤੈਨੇ ਦਾਤਣ ਦੀ ਕਰੀ ਵੀ ਹੁੰਦੀ ਗਈ ਵੀ ਸਾਰਾ ਕੁਝ ਅੰਦਰ ਫਸ ਗਿਆ ਫਿਰ ਕੁਰਲੀਆਂ ਕਰੋ ਉਹ ਵਾਲਾ ਕੋਪਾ ਉਹਨਾਂ ਦੀ ਜਿਹੜੇ ਮਤਲਬ ਉਸਨੂੰ ਸਮਾਨ ਵੇਚਣ ਆਉਂਦੇ ਆ ਉਹਨੂੰ ਥੋੜ੍ਹਾ ਲਾਗੇ ਸਟਾਈਲ ਹੁੰਦਾ ਪਰਨਾ ਜਾਂ ਉਰੇ ਮੋੜ ਕੇ ਐਂ ਜਿੰਗਿਆ ਵਾ ਕੰਨ ਜੇ ਬਾਹਰ ਕੱਢੇ ਵੇ ਉਰੇ ਦੋ ਚੀਜ਼ਾਂ ਫਸਾਈਆਂ ਉਰੇ ਦੋ ਚੀਜ਼ਾਂ ਸਨਗਲਾਸਿਸ ਇੱਕ ਅੰਗਰੇਜ਼ੀ ਦੇ ਸ਼ਬਦ ਇੱਕ ਦੋ ਬੋਲਦੇ ਨੇ ਉਹ ਫੁੱਲੇ ਕਰਾਰੇ ਪ੍ਰੀਮੀਅਮ ਕੁਆਲਿਟੀ ਯਾ ਇੱਕ ਅੱਜ ਕੱਲ੍ਹ ਇੱਕ ਮੈਂ ਹੋਰ ਦੇਖਿਆ ਸੈਲਫੀ ਸਟਿੱਕਾਂ ਵੇਚ ਦਿੰਦੇ ਨੇ ਉਹ ਹਾਂ ਸੈਲਫੀ ਸਟਿੱਕਾਂ ਇਹ ਦੇਖੋ ਇਹ ਬਟਨ ਚੱਲਦਾ ਹੈਗਾ ਇਹ ਇੱਕੋ ਲਾਈਨ 'ਚ ਸਾਰਾ ਕੁਛ ਵੇਚ ਜਾਣਗੇ ਉਹ ਸਾਰਾ ਕੁਛ ਹੀ ਆਲੇ ਲਿਆ ਆਲੇ ਲਿਆ ਆਲੇ ਲਿਆ ਆਲੇ ਲਿਆ ਮਾਰੇ
ਸਾਰੇ ਸਰ ਨੇ ਜਦੋਂ ਮੈਂ ਸਕੂਲ ਮੈਂ ਤਾਂ ਨਾ ਆਈ ਥਿੰਕ ਪੰਜਵੀਂ ਛੇਵੀਂ ਮਾਂ ਤੋ ਜਿਹੜਾ ਮੇਰਾ ਪ੍ਰਿੰਸੀਪਲ ਤਾ ਨੀਰਜ ਬਾਲੀ ਤੋ ਉਸਨੇ ਬਤਾਇਆ ਤਾ ਮੈਨੂੰ ਆਪਾਂ ਨੇ ਪੁੱਛਿਆ ਵੀ ਸਰ ਜੀ ਉਹ ਕਿਆ ਚੱਕਰ ਆ ਵੀ ਭੈਣ ਚ ਵੀ ਆਪਾਂ ਜਿਹੜੇ ਆਮ ਬੰਦੇ ਆ ਵੀ ਆਮ ਬੰਦੇ ਜਿਸ ਤਰ੍ਹਾਂ ਕਿ ਉਨੀ ਨੇ ਬੋਲਦੇ ਹੈ ਵੀ ਜਿਹੜੇ ਵੀ ਹੈਗਾ ਕੋੜਾ ਬੇਜੇ ਰੱਦੀ ਵਾਲੇ ਕਬਾੜੀ ਵਾਲੇ ਉਹ ਮਾਰਾ ਸਰ ਕਹਿ ਰਿਹਾ ਕੋਈ ਚੱਕਰ ਨਹੀਂ ਇਨਕੀ ਸਿਰਫ ਉਹੀ ਸਾਇੰਸ ਹੈ ਇਸਕੇ ਪਿੱਛਾ ਵੀ ਸਾਰੇ ਜਿਹੜੇ ਆਮ ਬੰਦੇ ਆ ਉਨਕੀ ਤੋ ਬੋਲ ਚਾਲ ਕੇ ਲੈਵਲ ਇੱਕ ਹੀ ਹੋਵਾ ਵੀ ਇਹਨਾਂ ਨੂੰ ਕੁਝ ਡਿਫਰੈਂਟ ਬੋਲਣਾ ਪੜਾ ਤਾਂ ਕਿ ਲੋਕਾਂ ਦਾ ਧਿਆਨ ਮਾਰੇ ਕਰਨੀ ਹੋਵਾ ਤਾਂ ਹੀ ਇਹਨਾਂ ਦੀ ਆਵਾਜ਼ ਇਹੀ ਜਿਹੀ ਹੋ ਜਾਂਦੀ ਹੈ ਤਾਂ ਹੀ ਨਹੀਂ ਐਸੀ ਇਨਕੀ ਫਿਰ ਪਰਮਨੈਂਟ ਐਸੀ ਹੋ ਜਾਵਾ ਮੈਂ ਉਹਨਾਂ ਤੇ ਹੈਰਾਨ ਆ ਜਿਹੜੇ ਉਹ ਦਾਲ ਜੀ ਵੇਚਦੇ ਹੁੰਦੇ ਨੇ ਭਰੀ ਹੁੰਦੀ ਉੱਤੇ ਤੱਕ ਉਹ ਕਿ ਉੱਥੇ ਲਟਕਾਈ ਫਿਰੀ ਜਾਂਦੇ ਨੇ ਉਹ ਕਹਿੰਦਾ ਜਾਨ ਤਾਂ ਕਿੰਨੀ ਲੱਗਦੀ ਹੋਣ ਯਾਰ ਪਾਗਾ ਫੋਰਆਰਮਸ ਬਣ ਗਏ ਉਹਨਾਂ ਬਾਲਟੀ ਬਾਲਟੀ ਸਟੀਲ ਵਾਲੀ ਬਾਲਟੀ ਲੈ ਕੇ ਤੇ ਉਹ ਬਹੁਤ ਭਾਰੀ ਹੋਣਾ ਜਦ ਮਰਜੀ ਉਹਨਾਂ ਦੀ ਦਾਲ ਉਹ ਪੌਣੀ ਬਾਲਟੀ ਹੀ ਰਹੂ ਚਾਹੇ ਕਿ ਇਹਨੇ ਖਰੀਦ ਲਈ ਚਾਹੇ ਕਿ ਇਹਨੇ ਨਹੀਂ ਖਰੀਦੀ ਉਹ 19 ਕੀ ਭਰੀ ਹੁੰਦੀ ਹੈ 75% ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਦੇਣੀ ਦੇਣੀ ਹੁੰਦੀ ਹੈ ਤੈਨੂੰ ਹਾਂ ਨਾ ਮੈਂ ਕਦੇ ਖਾਲੀ ਦੇਖੀ ਹੈ ਕਿਸੇ ਦੀ ਬਾਲਟੀ ਉਹ ਨਾ ਭਰੀ ਵੀ ਉਹ ਦੇਖੀ ਹੈ ਮੈਂ ਉਹਨਕੀ ਬਾਲਟੀ ਦੇਖੀ 75% ਭਰੀ ਹੋਣੀ ਬਸ ਇੱਧਰ ਨਿੰਬੂ ਹੋਵਾਂਗੇ ਮਿਰਚਾਂ ਹੋਵਾਂਗੀ ਜਿਹੜੀ ਉਹ ਚੀਜ਼ ਆ ਉਹ ਦਾਲ ਜੀ ਹੈ ਖਾਣੇ ਤਾਂ ਆਪਾਂ ਮਜਬੂਰੀ ਚ ਨਹੀਂ ਸਵਾਦ ਤਾਂ ਹੁੰਦੀ ਨਹੀਂ ਠੀਕ ਹੈ ਇੱਕ ਤਾਂ ਉਸਲਾਬੀ ਹੋਈ ਹੁੰਦੀ ਹੈ ਉੱਤੋਂ ਭਣੀ ਉਹਦੇ ਤੇ ਨਿੰਬੂ ਨੂੰ ਪਾ ਕੇ ਹੋਰ ਉਹਨੂੰ ਕਈ ਉਹਦੇ 'ਚ ਇੰਨੀਆਂ ਮਿਰਚਾਂ ਪਾ ਦੇਣਾ ਫਿਰ ਤੈਨੂੰ ਉਹ ਲੈਣਾ ਪਊ ਬੱਤਾ ਲੈਣਾ ਬੜਾ ਫਿਰ ਇੱਕ ਟੈਂਪੂ ਜਿਹੜੇ ਬੱਤੇ ਵਾਲੇ ਖੜਾ ਰੱਖੇ ਨੇ ਉਹਦੇ ਯਾਰ ਅੱਡਿਆਂ ਦੇ ਉਹ ਮੈਂ ਚੱਲ ਵੇਚਣ ਲੱਗੀ ਨਕਲੀ ਨਹੀਂ ਇੱਕ ਬੱਤਿਆਂ ਵਾਲੇ ਫਿਰ ਉਸਮਾਂ ਬੱਸਾਂ ਵੀ ਆਉਣ ਲੱਗੇ ਤੇ ਜਿਹੜੀ ਉਹ ਥਰਮਾਕੋਲ ਵਾਲੀ ਹੁੰਦੀ ਨੀ ਉਵੇਂ ਉਹ ਬਾਕਸ ਸੇ ਉਸਮਾਂ ਆਪਣਾ ਬਰਫ਼ ਪਾ ਦੀ ਠੰਡੇ ਰੱਖ ਦੀ ਔਰ ਮੈਂ ਬੇਸਿਕਲੀ ਉਹ ਉਸ ਤਰੀਕੇ ਕੇ ਕੂਲ ਨੀ ਕਰਦੇ ਉਹਨੂੰ ਠੰਡਾ ਨੀ ਕਰਦੇ ਮੈਨੂੰ ਬੇਕਾਰ ਸਾ ਠੰਡਾ ਨੀ ਹੁੰਦਾ ਗਰਮ ਠੰਡਾ ਠੰਡਾ ਬੇਕਾਰ ਲਗਾਓ ਪੀਣੇ ਨਾਲ ਉਹ ਜਿਹੜੀਆਂ ਪਾਣੀ ਦੀਆਂ ਬੋਤਲਾਂ ਵੇਚਦੇ ਆ ਉੱਥੇ ਅੱਡਿਆਂ ਤੇ ਉਹਨਾਂ ਬਿਸਲੇਰੀ ਨੀ ਹੁੰਦੀਆਂ ਤੈਨੂੰ ਦੇਣਗੇ ਨਾ ਉਹ ਐਂ ਨੀ ਵੀ ਤੂੰ ਉਹਦਾ ਸਵਾਦ ਵੀ ਦੇਖੇ ਸਾਲੇ ਟੂਟੀ ਮੈਂ ਭਰ ਕੇ ਫਿਰ ਦੇਣਗੇ ਇਹਦਾ 25 ਦੀ ਹੈ ਮੈਂ ਕਿਹਾ ਜੀ 20 ਦੀ ਆਉਂਦੀ ਹੈ ਵੀ ਇਹਦਾ ਠੰਡੀ ਨੀ ਹੈ 5 ਰੁਪਏ ਦੀ ਇਹਨੇ ਠੰਡੀ ਕਰੀ 5 ਰੁਪਏ ਠੰਡੀ ਕਰਨੇ ਕੀ ਵੀ ਤਾਂ ਲਗਾ ਫਿਰ ਬੱਸ ਸਟੈਂਡ ਤੇ ਲੋੜਾ ਤੂੰ ਚੰਡੀਗੜ੍ਹ ਦੇ ਬੱਸ ਸਟੈਂਡ ਤੇ ਵਗ ਜਾ ਵਧੀਆ ਚਾਰਜਰ 150-200 ਰੁਪਏ ਦਾ ਆ ਜਾਂਦਾ ਚੰਡੀਗੜ੍ਹ ਤੇ ਸੇਮ 400 ਰੁਪਏ ਦਾ ਐਮ ਆਰ ਪੀ 200 ਹੋਊ ਪਰ ਉੱਥੇ 400 ਦਾ ਬਹੁਤ ਮਹਿੰਗੀ ਬੱਸ ਸਟੈਂਡ ਦਾ ਯਾਰ ਉਹ ਬੱਸ ਸਟੈਂਡ ਦਾ ਠੱਗੀ ਵਾਲਾ ਕਿਉਂਕਿ ਤੂੰ ਮਜਬੂਰੀ 'ਚ ਖਰੀਦੇਗਾ ਜਿਹੜੀ ਚੀਜ਼ ਖਰੀਦੇਗਾ ਯਾਰ ਹਾਂ ਤੇ ਬੱਸ ਸਟੈਂਡ ਤੇ ਇੱਕ ਤਾਂ ਓਰੀਜਨਲ ਚੀਜ਼ ਨਹੀਂ ਰੱਖਦੇ ਹੈਗੇ ਖਾਣੇ ਵਾਲੀ ਵੀ ਨਹੀਂ ਹਾਂ ਕੁਝ ਵੀ ਤੇ ਉਤੋਂ ਫੂਡ ਦੀ ਕੁਆਲਿਟੀ ਇੰਨੀ ਗੰਦੀ ਬਹੁਤ ਮਾੜੀ ਕੁਆਲਿਟੀ ਹੈ ਫੂਡ ਦੀ ਐਟ ਲਾਸਟ ਮੈਂ ਕਿਹਾ ਗੰਨੇ ਦੇ ਰਸ ਵਾਲਾ ਖੜਿਆ ਵੀ ਐਟ ਲੀਸਟ ਇਹ ਤਾਂ ਠੀਕ ਦੋ ਨਾ ਨਾ ਜਿਹੜੇ ਜੂਸ ਵਾਲੇ ਆ ਮੈਂ ਬੂਥ ਵਾਲੇ ਜਿਹੜੇ ਉਹ ਉਹਨਕੇ ਸਾਰਿਆਂ ਦੀ ਮਿਲੀ ਭਗਤ ਹੋਵਾ ਉਹਨਕੀ ਸਾਰਿਆਂ ਦੀ ਮੈਂ ਗੰਨੇ ਦਾ ਰਸ ਲੈ ਲਿਆ ਉਹਨੇ ਤਾਂ ਬਰਫ਼ ਦਾ ਪਾਣੀ ਜਿਹਾ ਹੀ ਘੋਲ ਕੇ ਦੇਤਾ ਮੈਂ ਨਾ ਮਿੱਠਾ ਨਾ ਮੁੱਠਾ ਮੈਂ ਉਰੇ 20 ਰੁਪਏ ਲਿਆ ਕਹਿੰਦਾ ਮੈਂ ਕਿਹਾ ਠੀਕ ਇਹ ਤੈਨੂੰ ਕੰਪਲੇਨ ਕਰਨ ਦੀ ਸਪੇਸ ਹੀ ਨਹੀਂ ਦਿੰਦੇ ਉਹ ਟਾਈਮ ਨਹੀਂ ਅਜਲ ਲੱਗੇ ਲੱਗੇ ਅੱਗੇ ਅੱਗੇ ਇਹ ਜੇ ਕਰਕੇ ਲੰਘ ਜਾਣਗੇ ਇੱਕ ਵਾਰ ਮੇਰਾ ਯਾਰ ਦੋਸਤ ਉਹ ਸਰਦਾਰ ਤਜਿੰਦਰ ਆਪਾਂ ਕਹੀਂ ਬਸ ਅੱਡੇ ਵਾ ਖੜਕਾ ਇਸ ਤਰ੍ਹਾਂ ਹੀ ਜੂਸ ਪੀ ਰਹੇ ਮੈਨੇ ਕਿਹਾ ਵੀ ਜਿਹੜਾ ਉਹ ਕਿਆ ਜਿਹੜਾ ਤੁਹਾਨੂੰ ਬੋਲ ਰਹੇ ਤੇ ਇਸਕਾ ਮੈਂਗੋ ਜੂਸ ਪੀ ਲਿਆ ਉਸਨੇ ਇਹਦੇ ਨਾਲ ਫੁੱਦੂ ਬਣਾ ਲਿਆ ਨਾ ਪਾਣੀ ਮਿੱਠਾ ਮਿੱਠਾ ਸਾ ਅਰ ਰੰਗ ਪਤਾ ਨਹੀਂ ਕੈਸਾ ਮੈਂ ਕਿਹਾ ਬਾਈ ਮੇਰੀ ਬਸ ਹੁਣ ਇਸ ਤੇ ਅੱਛਾ ਪਤਾ ਤਾਂ ਕਿਆ ਕਰ ਉਹ ਕਿਆ ਨਾਮ ਉਸਕਾ ਉਹ ਨਹੀਂ ਹੁੰਦੀ ਜਿਹੜੀ ਬੂੰਦ ਵਾਲੀ ਉਹ ਬੋਤਲ ਸੀ ਮੈਂ ਕਿਹਾ ਉਸਕੇ ਅੰਦਰ ਉਸਕਾ ਅੰਬਾਂ ਕਾ ਪਾਲੇ ਰਸਾ ਵੀ ਸਾਰਾ ਕੁਝ ਬਣਾ ਕੇ ਉੱਪਰ ਦੋ ਬੂੰਦਾ ਘੇਰਦੀ ਵੀ ਬਾਈ ਉਹ ਲੈ ਆਪਣਾ ਖੁਸ਼ਬੂ ਤਾਂ ਆਵੇ ਅੰਬ ਦੀ ਭੈਣ ਚੋਂ ਮੈਂਗੋ ਜੂਸ ਪਕੜ ਪਿਆ ਚੋਂ ਨਹੀਂ ਤਾਂ ਇਹ ਤਾਂ ਹੁੰਦਾ ਯਾਰ ਜਿਵੇਂ ਅਸੀਂ ਹੁੰਦੇ ਸੀ ਜਦੋਂ ਸਟੂਡੈਂਟ ਵਾਲਾ ਰੌਲਾ ਜਾਂਦਾ ਸੀ ਹੁਣ ਕਿ ਕੰਡਕਟਰ ਚਲ ਮੁੰਡੇ ਮੁੰਡਿਆਂ ਦਾ ਕੁੱਟ ਕੱਟ ਦਿੰਦੇ ਸੀ ਪਰ ਕੁੜੀਆਂ ਦੀ ਨਾ ਪੂਰੀ ਨਾ ਬੇਇੱਜ਼ਤੀ ਕਰ ਦਿੰਦੇ ਸੀ ਉਹ ਕੁੜੀ ਕਹਿੰਦੇ ਇਹ ਸਟੂਡੈਂਟ ਆ ਅਸੀਂ ਤਾਂ ਤੇ ਫਿਰ ਚੜ ਜਾਂਦੀਆਂ ਨੇ ਬੱਸ 'ਚ ਅਕਲ ਹੈ ਨਹੀਂ ਅੱਗੇ ਸਟੂਡੈਂਟ ਆ ਘਰ ਦੇ ਘਰੋਂ ਪੈਸੇ ਫੜ ਲਏ ਮੈਂ ਉੱਥੇ ਜਾ ਕੇ ਪੈਟਾ ਖਾ ਲਿਆ ਉੱਥੇ ਸਮੋਸਾ ਖਾ ਲਿਆ ਮੁੰਡਿਆਂ ਨਾਲ ਫਿਰ ਲੀਆਂ ਫਿਰ ਪੜ੍ਹਦਿਆਂ ਤੁਸੀਂ ਪੂਰਾ ਉਹਨੇ ਮਤਲਬ ਬੇਇੱਜ਼ਤੀ ਕਰਨੀ ਲੌਂਗੋਟ ਤੋਂ ਲੈ ਕੇ ਸੰਗਰੂਰ ਤੱਕ ਯਾਰ ਘੰਟੇ ਦਾ ਰਾਹ ਸੀ ਮਤਲਬ ਬੱਸ 'ਚ ਠੀਕ ਹੈ ਉਹਨੇ ਪੂਰਾ ਬੇਇੱਜ਼ਤੀ ਕਰਦੇ ਜਾਣਾ ਕਿਹੜਾ ਪੜ੍ਹਦੇ ਹੋ ਤੁਸੀਂ ਸਾਨੂੰ ਨਹੀਂ ਪਤਾ ਅਸੀਂ ਵੀ ਅਸੀਂ ਵੀ ਸੰਗਰੂਰ ਹੀ ਰਹਿਣੇ ਆ ਅਸੀਂ ਵੀ ਬੱਸ 'ਚ ਹੀ ਚੜ੍ਹਦੇ ਰਹੇ ਆ ਸਾਨੂੰ ਪਤਾ ਹੈ ਕਿਹਦੇ ਨਾਲ ਆਉਂਦੀ ਹੋ ਕਿਹਦੇ ਨਾਲ ਜਾਂਦੀ ਹੋ ਜਾਂਦੀਆਂ ਬੱਸ 'ਚੋਂ ਜਾਂਦੀਆਂ ਪਿੰਡ ਕਿਸੇ ਹੋਰ ਤੇ ਪਹੁੰਚਦੇ ਹੋ ਪੂਰਾ ਕਿੱਥਾ ਚਿੱਠਾ ਖੋਲਤਾ ਉਹਨੇ ਮੈਂ ਯਾਰ ਇਹ ਫਿਰ ਕਿਉਂਕਿ ਮੈਂ ਮੇਰੇ ਯਾਰ ਦੋਸਤ ਕਹਿੰਦੇ ਵੀ ਤੂੰ ਤੈਨੂੰ ਟਿਕਟ ਦੇਣ ਦੀ ਲੋੜ ਨੂੰ ਕਹਿੰਦਾ ਕਰ ਸਟੂਡੈਂਟ ਆ ਜਦੋਂ ਮੈਂ ਮਾਂ ਭੈਣ ਹੁੰਦੀ ਦੇਖੀ ਵੀ ਦੋ ਜਣੇ ਉਹਨਾਂ ਨੇ ਕੁੱਟਦੇ ਠੀਕ ਹੈ ਅਤੇ ਤੀਜਾ ਜਣਾ ਵੀ ਕੁੜੀ ਦੀ ਬੇਇੱਜ਼ਤੀ ਕਰ ਰਿਹਾ ਮੈਂ ਯਾਰ 10 ਰੁਪਏ ਪਿੱਛੇ ਕਿਉਂ ਬੇਇੱਜ਼ਤੀ ਕਰਾਉਣੀ ਯਾਰ ਆਪਾਂ ਮੈਂ ਤਾਂ ਟਿਕਟ ਦੇ ਦਿੰਦਾ ਤੂੰ ਹੀ ਲੈ ਬਾਈ ਮੈਂ ਤਾਂ ਮੈਨੂੰ ਉਹ ਯਾਦ ਆ ਵੀ ਜਦੋਂ ਆਪਾਂ ਛੋਟੇ ਹੋਏ ਕਰਾਂਦੇ ਵੀ ਆਪਣੀ ਤਾਂ ਅੱਧੀ ਟਿਕਟ ਲੈ ਕਰਾਤੀ ਯਾਰ ਮੰਮੀ ਗੱਲ ਮੰਮੀ ਕੀ ਪੂਰੀ ਲੈ ਕਰਦੀ ਮਾਰੀ ਅੱਧੀ ਟਿਕਟ ਆਪਣਾ ਰਾਹ ਤੇ 6 ਸਾਲ ਤੱਕ ਆਹੀ ਖਾਇਆ ਵੀ ਹਰਾਮ ਜਦੀ ਇਹ ਤੈਨੂੰ ਪੁੱਛ ਲੈ ਮੈਂ ਕਿਹਾ ਹੁਣ ਤਾਂ ਮੰਮੀ ਮੈਨੂੰ ਸ਼ਰਮ ਆਉਣ ਲੱਗ ਗਈ ਵੀ ਉਹਦਾ ਕਰੈਕਟਰ ਨੂੰ ਵੀ ਪਤਾ ਮੈਂ 3 ਸਾਲ ਦਾ ਨਹੀਂ ਹੈਗਾ ਐਡਾ ਵੱਡਾ ਹੋਇਆ ਲੋਕ ਇੱਕਦਮ ਮੈਂ ਹੁੰਦਾ ਮੋਟਾ ਆਇਆ ਸੀ ਬਲੋਤਲੂ ਮੈਂ ਕਿਹਾ ਮੰਮੀ ਮੈਂ ਤਾਂ ਉਹੀ ਦੇਖਣ ਤੋਂ ਨੀ ਲੱਗਦਾ ਵੀ 3 ਸਾਲ ਦਾ ਮੈਂ ਤਾਂ ਉਹ ਮੁੱਕਾ ਮਾਰ ਕੇ ਮਾਰ ਦਿੰਦਾ ਮੇਰੀ ਮੰਮੀ ਮੈਨੂੰ ਚਲਾਇਆ 5-6 ਸਾਲ ਤੱਕ ਕਹਿੰਦੀ ਜੀ ਕੰਡਕਟਰ ਆਉਂਦਾ ਇਹਨੂੰ ਕਹਿੰਦੀ ਮੈਂ ਤਾਂ 3 ਸਾਲ ਗਾ
ਕੰਡਕਟਰ ਹੈਗਾ ਮੈਨੂੰ ਯੂ ਨਹੀਂ ਸਿਸਟਮ ਸਮਝ ਆਉਂਦਾ ਜਿਹੜੇ ਆਪਣਾ ਬੱਸ ਚਲਾਉਣ ਵਾਲੇ ਡਰਾਈਵਰ ਆ ਨਾ ਵੀ ਉਨਕੀ ਤੋਂ ਆਪਣਾ ਕਿਆ ਨਾਮ ਉਸਕਾ ਕੱਪੜੇ ਦੇਖ ਲੇਗਾ ਤਾਂ ਉਹਨਾਂ ਕਿਹਾ ਅਸੀਂ ਦਿਸ ਚੀਜ਼ ਹੀ ਹੋਵਾਂਗੇ ਆਪਣਾ ਗਮਛਾ ਗੁਮਛਾ ਬੱਧਿਆ ਹੋਇਆ ਕੁੜਤਾ ਪਜਾਮਾ ਸਾ ਪਾਇਆ ਹੋਇਆ ਹੋਰ ਕੁਝ ਜਿਹੜੇ ਕੰਡਕਟਰ ਹੋਵਾਂ ਮੈਂ ਪਤਾ ਨਹੀਂ ਇਸ ਤਰ੍ਹਾਂ ਕਿਉਂ ਸਜੇ ਤਾਂ ਜੇ ਰਹਾ ਵੀ ਜਿੱਦਾਂ ਵਿਆਹ ਵਿੱਚ ਵੀ ਜਿਹੜਾ ਵਿਆਹ ਦੇ ਵੀ ਉਤਰੇ ਨੇ ਉਹ ਸੱਜ ਧੱਜ ਕੇ ਸਾਡੇ ਨਾਲ ਦੇ ਨਾ ਇੱਕ ਦੋ ਕੰਡਕਟਰ ਲੱਗ ਗਏ ਸੀ ਹੁਣ ਵੀ ਲੱਗੇ ਹੋਏ ਨੇ ਬਾਈ ਉਹ ਪਰ ਉਹ ਪੂਰੀ ਟੋਰ ਕੱਟ ਕੇ ਜਾਂਦੇ ਨੇ ਮੈਂ ਡਾਕਟਰੀ ਜੋਬ ਕਰਦੇ ਹਾਂ ਵੀ ਇਹ ਤਾਂ ਕਈ ਵਾਰੀ ਅਸੀਂ ਵੀ ਐਂ ਪਾ ਜਾਂਦੇ ਬਿਨਾਂ ਪ੍ਰੈਸ ਵਾਲੇ ਕੱਪੜੇ ਵੀ ਇੰਨਾ ਕੁਝ ਉਹ ਨਹੀਂ ਕਰੀਜ ਜਦੋਂ ਤੱਕ ਦਿਖ ਨਹੀਂ ਰਹੀ ਪੈਂਟ ਦੀ ਉਦੋਂ ਤੱਕ ਬਾਈ ਜੀ ਬੱਸ ਦੀ ਤਾਕੀ ਤੇ ਨਹੀਂ ਜਾਂਦੇ ਇੱਕ ਵਾਰ ਤਾਂ ਖੋਲ ਕੇ ਰਸਤੇ 'ਚ ਪ੍ਰੈਸ ਕਰਾ ਕੇ ਆਇਆ ਉਹ ਮੈਂ ਕਿਹਾ ਵੀ ਏਡਾ ਕੀ ਚੱਕਰ ਨਵੇਂ ਨਵੇਂ ਪਟੋਲੇ ਚੜਦੇ ਨੇ ਰੋਜ਼ ਕਹਿੰਦਾ ਆ ਉਹ ਕੰਡਕਟਰ ਨੂੰ ਹੀ ਫਸੂ ਨਾ ਜਿਵੇਂ ਕੁੜੀਆਂ ਵੀ ਹਾਂ ਵੀ ਕੰਡਕਟਰ ਕੱਪੜੇ ਵਧੀਆ ਪਾ ਕੇ ਆਵੇ ਤੇ ਆਪਣੇ ਆਪ ਨੂੰ ਪੂਰਾ ਹੌਸਲਾ ਦਿੱਤਾ ਹੋਇਆ ਉਹਨਾਂ ਨੇ ਵੀ ਜੇ ਮੇਰੀ ਪੈਂਟ ਦੀ ਕਰੀਜ਼ ਦਿਖ ਰਹੀ ਹੈ ਜਿੰਨੀਆਂ ਲਾਈਨ 'ਚ ਬੈਠੀਆਂ ਨੇ ਤੇਰੇ ਯਾਰ ਨਾਲ ਹੀ ਫਸ ਰਹੀਆਂ ਮੈਨੂੰ ਤਾਂ ਰੀਜ਼ਨ ਹੀ ਨਹੀਂ ਪਤਾ ਲੱਗਿਆ ਉਹਨਾਂ ਦਾ ਐਨ ਇਸ ਤਰ੍ਹਾਂ ਵਾਲ ਰਿਬੌਂਡਿੰਗ ਕਰਵਾਏ ਜਲ ਜੁਲ ਲਾਇਆ ਵਾ ਔਰ ਇੱਕ ਵੀ ਮੰਨੇ ਕਿਆ ਨਾਮ ਉਸਕਾ ਕੰਡਕਟਰ ਐਸਾ ਨਹੀਂ ਦੇਖਿਆ ਵੀ ਜਿਹੜਾ ਸਿੰਪਲ ਵੀ ਇਸ ਤਰ੍ਹਾਂ ਪਤਾ ਆਪਾਂ ਨੂੰ ਵੀ ਸਪੋਰਟਸ ਸ਼ੂਜ਼ ਪਾ ਲਿਓ ਆਪਣਾ ਵੀ ਯਾਰ ਵੀ ਆਪਣਾ ਲੋਅਰ ਪਾ ਕੇ ਵੀ ਸਬਰ ਸੁਪਰ ਕਰਨਾ ਟਿਕਟਾਂ ਟੁੱਟਾ ਕੱਟ ਕੇ ਉਹ ਜਿਹੜੀ ਟਾਕੀ ਵਾਲੀ ਪਹਿਲੀ ਸੀਟ ਉੱਥੇ ਬੈਠਣਗੇ ਉੱਥੇ ਲਾ ਕੇ ਐਨਕਾ ਟਾਕੀ ਇਸ ਵਾਰ ਟੋਰ ਇੱਕ ਇੱਕ ਡਰਾਈਵਰ ਜੇ ਗੋਡੇ ਤੋਂ ਉੱਤੇ ਚੜਾ ਲੈਣਗੇ ਪਜਾਮਾ ਨਾ ਓਏ ਉਹ ਛੱਡ ਉਹ ਤਾਂ ਨੰਗੇ ਪੈਰੀ ਬੱਸ ਚਲਾਉਂਦੇ ਨੇ ਉਹ ਚੱਪਲਾਂ ਵੀ ਨਹੀਂ ਪਾਉਂਦੇ ਚੱਪਲਾਂ ਵੀ ਬਾਅਦ ਚੋਂ ਕਰਦੇ ਨੇ ਸੀਟ ਨੀਚੇ ਉਤਰਨਾ ਹੁੰਦਾ ਹੈ ਜੇ ਰੂਟ ਵਾਲੇ ਹੁੰਦੇ ਨੇ ਤਾਂ ਉਰੇ ਉਰੇ ਤੱਕ ਪਜਾਮਾ ਚੜਾਇਆ ਉਹਦੇ ਨਾਲ ਮੈਂ ਕਿਹਾ ਬਾਬੇ ਨੂੰ ਸੰਗ ਕਿਉਂ ਨਹੀਂ ਲੱਗ ਰਹੀ ਨਾਲ ਕੁੜੀ ਬੈਠੀ ਇਧਰਲੀ ਸਾਈਡ ਉਰੇ ਤੱਕ ਚੜਾਇਆ ਵਾ ਤੇ ਕਰੈਕਟਰ ਨਾਲ ਪਤਾ ਨਹੀਂ ਕੀ ਗੱਲਾਂ ਮਾਰਨਗੇ ਕਰੈਕਟਰ ਉਹਦੀ ਗੱਲ ਦਾ ਜਵਾਬ ਵੀ ਦੇਊ ਪਰ ਤੈਨੂੰ ਨਹੀਂ ਸਮਝ ਆਊ ਕੀ ਗੱਲ ਕਰੀ ਕੀ ਕਹਿ ਰਿਹਾ ਹੈ ਭੁੱਕੀ ਬੇਕਾਰ ਹੈ ਵੀ ਉਹ ਫਲਾਣੇ ਨੇ ਤਾਂ ਮਾਲ ਉਹਦਾ ਲੱਕੜੀ ਦਾ ਬਰਾਦਾ ਹੀ ਖਵਾ ਗਿਆ ਕਹਿੰਦਾ ਕੁਛ ਨੀ ਕਰਿਆ ਵੀ ਉਹ ਫਲਾਣਾ ਤਾਂ ਬਾਲੀ ਉਹ ਭੁੱਕੀ ਖਾਣ ਲੱਗੇ ਨਾਲੇ ਆਪ ਕਾਰਡ ਪਾਈ ਉਹਨਾਂ ਉਹ ਫਲਾਣਾ ਤਾਂ ਬਹੁਤ ਖਾਂਦਾ ਵੀ ਬੂਥਾ ਦਾ ਤਹਿ ਭਰਿਆ ਵਾ ਹੈ ਤੂੰ ਇਲਜ਼ਾਮ ਦੂਜੇ ਤੇ ਲਾਈ ਜਾਂਦਾ ਇੱਕ ਮੈਨੂੰ ਜਦੋਂ ਆਪਾਂ ਬਚਪਨ ਮੈਂ ਬੱਸਾਂ ਸੇਵਾ ਸਫ਼ਰ ਕਰਿਆ ਮੈਂ ਮੈਨੂੰ ਤਾਂ ਸਭ ਤੋਂ ਜ਼ਿਆਦਾ ਯੋ ਚੁੱਲ ਰਹੀ ਵੀ ਮੈਨੂੰ ਵੀ ਜੇ ਮੈਂ ਬੱਸ ਮੈਂ ਚੜਿਆ ਤਾਂ ਜਿਹੜਾ ਡਰਾਈਵਰ ਕੇ ਗੇਲ ਨਹੀਂ ਹੁੰਦਾ ਜਿਹੜਾ ਗੇਅਰ ਬਾਕਸ ਹੋਵੇ ਖਾਸਾ ਬੜਾ ਸਾ ਵੀ ਇਸਕੇ ਉੱਪਰ ਹੀ ਬੈਠਣੇ ਨੂੰ ਮਿਲ ਜਾਣਾ ਉਹ ਤਾਂ ਉਹਦੇ ਪਿੱਛੇ ਤਾਂ ਬਾਲੇ ਓਬਸੈਸਿਵ ਹੁੰਦੇ ਨੇ ਉਹ ਬਹੁਤ ਜ਼ਿਆਦਾ ਤੈਨੂੰ ਪੈਰ ਵੀ ਨਹੀਂ ਰੱਖਣ ਦੇ ਗਲਤੀ ਨਾਲ ਤੇਰਾ ਪੈਰ ਟਿੱਕ ਜਾਂਦਾ ਤੇ ਆਪ ਚਾਹੇ ਜਾਂਦਾ ਉੱਥੇ ਡਿੱਗੀ ਆ ਓਏ ਪੈਰ ਰੱਖਣਾ ਤੇ ਰੋਜ਼ੀ ਰੋਟੀ ਆ ਨਾ ਨਾ ਜਿਹੜਾ ਕੰਡਕਟਰ ਇਹਨੂੰ ਇਹਨੂੰ ਮਹੀ ਬੈਠ ਕੇ ਘਰੇ ਰੱਖਿਆ ਉਹ ਜਿਹੜਾ ਕੰਡਕਟਰ ਉਹ ਬੈਠਾ ਮਹੀ ਆ ਔਰ ਥੋੜੀ ਇਸ ਤਰ੍ਹਾਂ ਵਧੀਆ ਸੀ ਜਿਹੜੀ ਬੱਸਾਂ ਵਾ ਤਾਂ ਉਹਨਾਂ ਨਾ ਉਹ ਸੈਪਰੇਟ ਬਣਾਇਆ ਵਾ ਹੋਵਾ ਵੀ ਜਿਹੜਾ ਇੱਧਰ ਵਾਲਾ ਉਹ ਸੈਪਰੇਟ ਆ ਇੱਧਰ ਵਾਲਾ ਸੈਪਰੇਟ ਆ ਜਿਹੜਾ ਪੈਸੈਂਜਰ ਵਾਸਤੇ ਆ ਤਾਂ ਮੇਰੀ ਤਾਂ ਸਟਾਰਟਿੰਗ ਤਾਂ ਇਹੀ ਰਹੀ ਵੀ ਕਿਸੇ ਤਰ੍ਹਾਂ ਦਰਵਾਜ਼ਾ ਖੁੱਲ੍ਹ ਗਿਆ ਅੱਗੇ ਜਾ ਕੇ ਲੱਗ ਜੂ ਵੀ ਯਾਰ ਫਸਟ ਵਿਊ ਦੇਖੂਗਾ ਚ ਹੁੰਦਾ ਨਾ ਉਹ ਨਾ ਹੋਰ ਵੀ ਇੱਕ ਨਾ ਜੇ ਮੂਹਰੇ ਤੂੰ ਬੈਜਿੰਗਾ ਸਭ ਮੰਨ ਲੈ ਇੱਧਰ ਡਰਾਈਵਰ ਚਲਾ ਰਿਹਾ ਤਾਂ ਇੱਧਰਲੀ ਸਾਈਡ ਜੇ ਤੂੰ ਬੈਜਿੰਗਾ ਨਾ ਕਿਉਂਕਿ ਆਪਾਂ ਨੂੰ ਕਾਰ ਚਲਾਉਣ ਦੀ ਆਦਤ ਹੈ ਤਾਂ ਆਪਾਂ ਨੂੰ ਲੱਗਦਾ ਵੀ ਇਹਦੇ ਮੂਹਰੇ ਬੁੰਟ ਹੈ ਸਹੀ ਬਾਤ ਆ ਜੇ ਤੂੰ ਉੱਥੇ ਬੈਟਰ ਰਹੇਗਾ ਨਾ ਜਿਹੜੀ ਮੂਹਰੇ ਕਾਰ ਹੋਊ ਉਹ ਇੱਥੇ ਜਾ ਕੇ ਖੜਾਉਣ ਦਾ ਮੈਂ ਤਾਂ ਇੱਕ ਵਾਰ ਬ੍ਰੇਕ ਹੀ ਲਾਉਂਦਾ ਜਾਵਾਂ ਕੋਈ ਰੋਕ ਲਾ ਹਾਂ ਹੁਣੀ ਇੱਕ ਉਹਨਾਂ ਦੀ ਬ੍ਰੇਕ ਵੀ ਆਇਆ ਜੇ ਮੰਨ ਲੈ ਵੀ ਤੈਨੂੰ ਕਾਰ ਚਲਾਉਣੀ ਆਉਂਦੀ ਹੈ ਸੰਦੀਪ ਫੇਰ ਨੀ ਤੂੰ ਉੱਥੇ ਬੈਠ ਤੇਰਾ ਪੈਰ ਆਪਣੇ ਆਪ ਹੀ ਬ੍ਰੇਕ ਦੱਬੀ ਜਾਊ ਇਸ ਤਰ੍ਹਾਂ ਤਾਂ ਨੀਚਾ ਕਿਆ ਨਾ ਉਸਕਾ ਪਏ ਹੋਏ ਪੱਤੇ ਪੁੱਤੇ ਵੀ ਦੇਖ ਲਗਾ ਇਸ ਇਤਨੀ ਪਾਸ ਹੋਵਾ ਇੱਕ ਮੈਂ ਕਹਿਣਾ ਵੀ ਜੇ ਤੇਰੀ ਤੇਰੇ ਕੋਲ ਆਪਦੀ ਕਾਰ ਹੋਵੇ ਨਾ ਚਾਹੇ ਤੇਰੇ ਕੋਲ ਸਡਾਨ ਆ ਚਾਹੇ ਤੇਰੀ ਚਿਪਕੇ ਤੁਰਦੀ ਹੈ ਤੂੰ ਕਦੇ ਵੀ ਕੱਟ ਨੀ ਮਾਰੇਗਾ ਤੇਰੀ ਹਿੰਮਤ ਨੀ ਪੈਂਦੀ ਉਹਨਾਂ ਦੀ ਪਲਟ ਗਈ ਵੀ ਜੇ ਇਹ ਪਤੰਦਰ ਮੋੜ ਤੇ ਕੱਟ ਸਹੀ ਬਈ ਦੱਬਦੇ ਨੀ ਹੈ ਜਮਾਂ ਵੀ ਮੈਂ ਤਾਂ ਇੱਕ ਵਾਰੀ ਮੈਂ ਜਹਾਜ਼ੇ ਪਤਾ ਕਦੋਂ ਡਰ ਗਿਆ ਸੀ ਉਹ ਨਾ ਮੂਹਰੇ ਵਾਲੀ ਕਾਰ 'ਚ ਨਾ i10 ਕਾਰ ਸੀ ਤੇ ਉਹਦੀ ਨਾ ਜਿਹੜੀ ਆਹ ਪਿੱਛੇ ਵਾਲੀ ਡਿੱਗੀ ਉਹਦੇ 'ਚ ਨਾ ਨਿਆਣਾ ਦਿਖ ਰਿਹਾ ਸੀ ਖੇਡਦਾ ਬਾਈ ਨੂੰ ਆਇਆ ਉੱਥੇ ਚੜਾ ਤੀ ਮੈਂ ਤਾਂ ਡਰਾਈਵਰ ਨੂੰ ਕਹਿੰਦਾ ਮੈਂ ਹਾਂ ਵੀਰ ਰੋਕ ਲਾ ਨਿਆਣਾ ਕਾਰ ਕਾਰ ਖੜੀ ਆ ਬਾਈ ਜੀ ਮੈਨੂੰ ਦੇਖ ਕੇ ਹੱਸੀ ਆਵੇ ਅੱਛਾ ਕਾਰ ਕੂਰ ਨਵੀਂ ਚਲਾਉਣੀ ਸਿੱਖੀ ਹੋਈ ਹੋਈ ਹੈ ਨਾ ਤੈਂ ਮੈਂ ਹਾਂ ਜੀ ਸਿੱਖੀ ਤਾਂ ਕਹਿੰਦਾ ਵਾ ਫਿਰ ਦੇਖ ਨਹੀਂ ਯਾਰ ਕਹਿੰਦਾ ਇਹਦੇ ਮੂਹਰੇ ਬੋਂਟ ਨਹੀਂ ਹੈਗਾ ਪੁੱਤ ਨਾ ਨਾ ਫਿਰ ਵੀ 10 ਫੁੱਟ ਦਾ ਫਰਕ ਰੱਖ ਜਦ ਤੱਕ ਜਿਹੜੀ ਅੱਗੇ ਕਾਰ ਨੀ ਹੁੰਦੀ ਜੇ ਕਿਉਂਕਿ ਸਾਰੀ ਕਾਰਾਂ ਕੇ ਪਿੱਛਾ ਵੀ ਤੱਕੀਏ ਤੂੰ ਕਿਸੇ ਰੱਖਾਂ ਛੋਟੇ ਛੋਟੇ ਸੇ ਜਦ ਤੱਕ ਮੈਂ ਤੱਕੀਏ ਨਹੀਂ ਦਿਖਦੇ ਉਹ ਜਿਹੜੇ ਗੁੱਡੇ ਕੁੱਤੇ ਸੇੜੇ ਨਹੀਂ ਦਿਖਦੇ ਜਦ ਤੱਕ ਤਾਂ ਰੋਕਦੇ ਮੈਂ ਤਾਂ ਕਹਿਣਾ ਵੀ ਚਲ ਠੀਕ ਹੈ ਤੁਹਾਨੂੰ ਕਾਲੀ ਹੋਊ ਨਾ ਤੁਹਾਨੂੰ ਪਰ ਘੱਟੋ ਘੱਟ 5-7 ਫੁੱਟ ਦਾ ਤਾਂ ਯਾਰ ਫਾਸਲਾ ਲੈ ਕੇ ਚੱਲੋ ਨਾ ਯਾਰ 5-7 ਫੁੱਟ ਕੀ ਉਹਨੂੰ ਕਹੇ 2-3 ਫੁੱਟ ਦਾ
ਗਾੜੀ ਲੈ ਲੈ ਬਾਈ ਉੱਤੇ ਚੜਾਉਣ ਦੀ ਕੀ ਲੋੜ ਹੈ ਯਾਰ ਇੱਕ ਜਦ ਵੀ ਨੇ ਬੱਸਾਂ ਵਾਲੇ ਆਪਣਾ ਨਵਾਂ ਪੇਂਟ ਕਰਾਵਾਂਗੇ ਬੱਸਾਂ ਨੂੰ ਇਤਨੀ ਘਟੀਆ ਸ਼ੇਰੋ ਸ਼ਾਇਰੀ ਲਿਖਵਾ ਕੇ ਰੱਖਾ ਨਾ ਉਸਕੇ ਬੱਸ ਕੇ ਪਿੱਛਾ ਵੀ ਮਤਲਬ ਪੜਦਾ ਵੀ ਬੰਦਾ ਦਾ ਵੀ ਮਤਲਬ ਕਿਆ ਮਜਬੂਰੀ ਰਹੀ ਹੋਣੀ ਯਾਰ ਇਸਕੀ ਪਤਾ ਹੀ ਨਹੀਂ ਲੱਗਦਾ ਉਹਦਾ ਕੀ ਲੰਘਰੀਆ ਲੰਘਾਲਾ ਅਸੀਂ ਤਾਂ ਬਸ ਜਗ੍ਹਾ ਰੁਕੀ ਆ ਅਸਲੀ ਜ਼ਿੰਦਗੀ ਤਾਂ ਕਾਰ ਵਾਲਿਆ ਤੇਰੀ ਆ ਫਿਰ ਜਗ੍ਹਾ ਦਿੰਦੇ ਤਾਂ ਹੈ ਨਹੀਂ ਤੁਸੀਂ ਜਗ੍ਹਾ ਫਿਰ ਵੀ ਨਹੀਂ ਦਿੰਦੇ ਇੱਕ ਉਹਦੇ 'ਚ ਮੇਨ ਉਹ ਹੁੰਦਾ ਸੀ ਵੀ ਜਦੋਂ ਐਂ ਵਿਚਾਲੇ ਵਾਲੀ ਸੀਟ 'ਤੇ ਤੂੰ ਬਹਿ ਗਿਆ ਵੀ ਸ਼ੀਸ਼ਾ ਮੈਂ ਜ਼ਿਆਦਾ ਖੋਲਾਂ ਚਲਾਕੀ ਨਾਲ ਹੌਲੀ ਹੌਲੀ ਮੈਂ ਬਹੁਤ ਖਿਸਕਾਇਆ ਚਲਾਕੀ ਨਾਲ ਨਾ ਥੋੜਾ 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 ਖਿਸਕਾ ਕੇ ਉਹਨੂੰ ਉਦੋਂ ਪਤਾ ਲੱਗਦਾ ਤੂੰ ਪਾਉਣਾ ਕੁ ਮੇਰੇ ਵਾਲਾ ਖੁੱਲ੍ਹ ਜਾ ਪਿੱਛੇ ਵਾਲਾ ਦੇਖ ਚੋ ਇਹ ਕਿਵੇਂ ਹੋਇਆ ਵੀ ਇਹਦਾ ਸੀ ਆਈ ਡੀ ਵਾਲਾ ਕੰਮ ਹੋ ਗਿਆ ਵੀ ਇਹ ਤਾਂ ਪਤਾ ਦਾਇਆ ਪਤਾ ਕਰਨਾ ਪਵੇਗਾ ਸਭ ਤੋਂ ਜ਼ਿਆਦਾ ਲੜਾਈਆਂ ਉਸੇ ਪੜੇ ਕਰਾਂ ਦੀ ਵੀ ਜਿਹੜੇ ਉਹ ਬੱਸ ਵਾਲਾ ਸ਼ੀਸਾ ਵੀ ਇਹ ਤਾਂ ਜੇ ਤਾਂ ਪੂਰਾ ਖੋਲ ਦਿਆ ਫਿਰ ਪਿਛਲੀ ਵਾਲੇ ਕਹੋ ਬੰਦ ਹੋ ਜਾਣਾ ਵੀ ਅੱਧਾ ਤਾਂ ਖੋਲ ਲਿਆ ਅੱਧਾ ਮੈਂ ਉਸੀ ਕੇ ਪਿੱਛੇ ਲੜਦੇ ਰਹਾਂ ਤੇ ਬਾਈ ਤੇਰਾ ਖੁੱਲਿਆ ਤਾਂ ਹੋਇਆ ਨਹੀਂ ਨਹੀਂ ਮੈਂ ਵੀ ਖੋਲਿਆ ਅੱਧਾ ਕੀ ਕਰਦਾ ਮੈਂ ਐਂ ਖੋਲ ਕੇ ਨਾ ਵਿਚਾਲੇ ਐਂ ਬਾਹਰ ਰੱਖ ਲੈਂਦੇ ਵੀ ਮੂਹਰੇ ਲੋਹੇ ਵਾਲਾ ਉਹ ਫੜ ਲੈਣਾ ਤੇ ਕੂਣੀ ਮੇਰੀ ਪਿਛਲੇ ਸ਼ੀਸ਼ੇ ਨਾਲ ਲੱਗੀ ਹੋਈ ਬਚਪਨ ਮੈਂ ਕਰਕੇ ਨੇ ਉਹ ਤੁਹਾਨੂੰ ਸਮਝਾਉਣਾ ਹੀ ਸਮਝਾਉਣਾ ਬੱਸ ਮੈਂ ਜਦ ਵੀ ਸਫ਼ਰ ਕਰਨਾ ਬਾਂਹ ਕਦੀ ਵੀ ਖਿੜਕੀ ਦੇ ਬਾਹਰ ਨੀ ਕੱਢਣੀ ਹੈ ਨਹੀਂ ਆਪਣਾ ਕੱਟ ਜਾਗੀ ਕਹੀਂ ਟੂੰਡੇ ਹੋ ਜਾਗੇ ਲੱਗ ਜਾਗੀ ਚਿਪਕੀ ਚੱਲਦੀਆਂ ਸਾਡੇ ਨਾਲ ਦਿਨ ਤਾਂ ਹੋਇਆ ਬਈ ਦੋ ਤਿੰਨ ਵਾਰ ਮੇਰੇ ਯਾਰ ਦੋਸਤਾਂ ਨੇ ਫਿਰ ਉਹ ਐਗਜ਼ਾਮਪਲ ਹੁੰਦੇ ਨੇ ਉਹਨਾਂ ਦਾ ਮੁੰਡਾ ਉਹਨਾਂ ਦਾ ਮੁੰਡਾ ਦੇਖ ਲੈ ਬਾਹਰ ਨਹੀਂ ਦੇਖੀ ਉਹਦੀ ਦੇਖੀ ਐਂ ਹੋਈ ਪਈ ਹੈ ਪਿੱਛੇ ਨੂੰ ਫਿਰ ਬਾਈ ਰੇਸਾਂ ਲਾਉਂਦੇ ਨੇ ਰੋਡ ਵੇ ਜਾਂਦੇ ਤਾਂ ਉੜ ਜਾਂਦੀ ਹੈ ਬਾਹਰ ਚੱਲ ਆਪਾਂ ਖਤਮ ਕਰਾਂ ਚੱਕ ਬਾਕੀ ਰਹਿ ਗਿਆ ਹਰਜਿੰਦਰ ਗਾਲਾਂ ਦੇ ਲੱਗ ਗਿਆ ਚੱਲ ਬੰਦ ਕਰਾਉਣਾ ਚੱਲ ਇਹਨੂੰ ਛੋੜ ਬਸ ਬਾਈ ਬਾਕੀ ਫੇਰ ਪੜ ਲੈਂਗੇ